ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਦੀਪੀਕਾ ਖੋਸਲਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ న్యూਸ ਰੂਮ ਲਾਈਵ ਹਰ ਰੋਜ਼ ਤਰ੍ਹਾਂ ਖਬਰਾਂ ਉਤੇ ਚਰਚਾ ਕਰਨ ਲਈ ਮੇਰੇ ਨਾਲ ਟੀਵੀ ਪੰਜਾਬ ਦੇ ਸੀਨੀਅਰ ਐਡੀਟਰ ਜਸਵੀਰ ਹੁਸੈਨ ਜੀ ਮੌਜੂਦ ਨੇ ਜਸਵੀਰ ਜੀ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਅਸੀਂ ਦਿੱਲੀ ਤੋਂ ਕਰਾਂਗੇ ਕਿਉਂਕਿ ਇੱਕ ਵਾਰ ਫੇਰ LG ਔਰ ਅਰਵਿੰਦ ਕੇਜਰੀਵਾਲ ਦੋਨਾਂ ਦੇ ਵਿੱਚ ਵਿਵਾਦ ਪਕਦਾ ਹੋਇਆ ਨਜ਼ਰ ਆਇਆ ਹੈ ਇੱਕ ਪਾਸੇ ਐਲਜੀ ਵੱਲੋਂ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੈਅ ਕੀਤੀ ਜਾਂਦੀ ਹੈ ਪਰ ਅਰਵਿੰਦ ਕੇਜਰੀਵਾਲੇ ਮੰਗ ਰੱਖ ਦਿੰਦੇ ਨੇ ਕਿ ਸਾਰੇ ਵਿਧਾਇਕ ਵੀ ਨਾਲ ਮੌਜੂਦ ਰਹਿਣਗੇ ਇਸ ਮੁਲਾਕਾਤ ਦੇ ਵਿੱਚ ਤੇ ਫਿਰ ਐਲਜੀ ਮੁਲਾਕਾਤ ਤੋਂ ਇਨਕਾਰ ਕਰ ਦਿੰਦੇ ਨੇ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਅਸਲ ਵਿੱਚ ਹੁਣ ਸਾਰੀਆਂ ਚੀਜ਼ਾਂ ਉੱਥੇ ਪੋਲਿਟੀਕਲ ਹੋ ਰਹੀਆਂ ਨੇ ਜੀ ਦਿੱਲੀ ਨੂੰ ਕਿਵੇਂ ਚਲਾਉਣਾ ਹੈ ਇਹਦਾ ਰੌਲਾ ਨਹੀਂ ਆ ਹੂੰ ਦਿੱਲੀ ਦੇ ਮਸਲੇ ਕੀ ਹੈ ਦਿੱਲੀ ਦੇ ਲੋਕਾਂ ਨੂੰ ਕੀ ਚਾਹੀਦਾ ਉਹਦਾ ਰੌਲਾ ਨਹੀਂ ਆ ਸਾਡੀ ਚੌਧਰ ਕਿੱਦਾਂ ਚੱਲੇ ਐਲਜੀ ਸਾਹਿਬ ਕਹਿੰਦੇ ਕਿ ਮੈਂ ਜਿਹੜਾ ਉਹ ਕਰਤਾ ਧਰਤਾ ਮੈਂ ਆ ਸਾਰਾ ਮੈਨੂੰ ਐਡਮਿਨਿਸਟਰੇਟਰ ਬਣਾਇਆ ਗਿਆ ਜੇ ਲੈਫਟੇਨੈਂਟ ਗਵਰਨਰ ਹੈਗਾ ਆ ਕੇਂਦਰ ਸ਼ਾਸਿਤ ਸੂਬਾ ਹੈਗਾ ਤੇ ਅਧਿਕਾਰ ਤਾਂ ਸਾਰੇ ਮੇਰੇ ਕੋਲ ਆ ਵੈਸੇ ਐਲਜੀ ਦੀ ਕੋਈ ਵਿਸਾਤ ਨਹੀਂ ਐ ਇਹ ਉੱਪਰੋਂ ਆਰਡਰ ਆ ਰਹੇ ਨੇ ਮਤਲਬ ਕੇਂਦਰ ਸਰਕਾਰ ਕਹਿੰਦੀ ਐ ਕਿ ਅਸੀਂ ਆਪਣਾ ਦਬਾ ਰੱਖਣਾ ਤੇ ਕੇਜਰੀਵਾਲ ਸਾਹਿਬ ਕਹਿੰਦੇ ਹੁਣ ਤਾਂ ਮੇਰੀ ਦੋ ਸੂਬਿਆਂ ਚ ਸਰਕਾਰ ਬਣ ਗਈ ਹੈ ਹੁਣ ਤਾਂ ਮੈਂ ਨੈਸ਼ਨਲ ਪਾਰਟੀ ਬਣ ਗਿਆ ਏਦਾਂ ਕੌਣ ਸਾਨੂੰ ਰਾਹ ਚ ਰੋਕ ਲਵੇ ਹਮ ਮੰਨਦੇ ਤਾਂ ਉਹ ਉਦੜ ਨਹੀਂ ਸੀਗੇ ਜਦੋਂ ਕੱਲੇ ਦਿੱਲੀ ਦੇ ਵਿੱਚ ਸੀਗੇ ਉਸ ਦਿਨ ਵੀ ਚਾਹੇ ਨਜੀਬ ਜੰਗ ਹੋਵੇ ਅਨਿਲ ਬੈਜਲ ਹੋਰੀ ਹੋਣ ਜਿਹੜੇ ਇਹਦੇ ਤੋਂ ਪਹਿਲਾਂ ਲੈਫਟ ਨੈਟ ਗਵਰਨਰ ਰਹਾ ਵੀ ਕੇ ਸਖਸੈਨਾ ਤੋਂ ਪਹਿਲਾਂ ਉਹ ਤਾਂ ਉਹਨਾਂ ਨਾਲ ਵੀ ਆਡਾ ਉਸੇ ਤਰੀਕੇ ਨਾਲ ਲੈਂਦੇ ਸੀਗੇ ਤੇ ਹੁਣ ਤਾਂ ਪਾਰਟੀ ਅੱਗੇ ਵੱਧ ਚੁੱਕੀ ਆ ਸੋ ਇਨਾਂ ਹਾਲਾਤਾਂ ਦੇ ਵਿੱਚ ਔਰ ਦੂਜੀ ਗੱਲ ਇਹ ਵੀ ਹੋ ਗਈ ਆ ਪਿਛਲੇ ਦਿਨੀ ਐਮਸੀਡੀ ਦੀਆਂ ਚੋਣਾਂ ਵੀ ਜਿੱਤ ਲਈਆਂ ਨੇ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਵੀ ਚੰਗੇ ਤਰੀਕੇ ਨਾਲ ਜਾਣਦੇ ਆ ਕਿ ਹੁਣ ਆਪਾਂ ਪੈਰ ਪਿੱਛੇ ਨਹੀਂ ਖਿੱਚਦੇ ਔਰ ਇੱਕ ਕਵਾਇਦ ਚੱਲਦੀ ਪਈ ਆ 2024 ਦੀਆਂ ਲੋਕ ਸਭਾ ਚੋਣਾਂ ਦੀ ਜੀ ਕੁੱਲ ਮਿਲਾ ਕੇ ਗੱਲ ਉੱਥੇ ਹੀ ਮੁੱਕਦੀ ਆ ਵਰਨਾ ਇੰਨਾ ਐਕਟਿਵ ਹੋਣ ਦਾ ਮਕਸਦ ਪਹਿਲਾਂ ਹੈ ਹੀ ਨਹੀਂ ਸੀ ਪਹਿਲਾਂ ਗੁਜਰਾਤ ਵਾਲੀਆਂ ਚੋਣਾਂ ਦਾ ਕਰਕੇ ਐਕਟਿਵ ਹੋਏ ਹੁਣ ਉਹਦੇ ਤੋਂ ਬਾਅਦ ਆ ਚੀਜ਼ਾਂ ਅਸਲ ਦੇ ਵਿੱਚ ਮੈਨੂੰ ਇਹ ਵੀ ਲੱਗਦਾ ਹੈ ਕਿ ਉਹ ਜਿਹੜਾ ਐਕਸਾਈਜ਼ ਪਾਲਿਸੀ ਨੂੰ ਲੈ ਕੇ ਛਾਪੇ ਮਾਰੀਆਂ ਕੀਤੀਆਂ ਸੀ ਉਹਦੇ ਵਿੱਚੋਂ ਨਿਕਲਿਆ ਕੱਖ ਨਹੀਂ ਮਿਲਿਆ ਕੱਖ ਨਹੀਂ ਫਿਲਹਾਲ ਦੀ ਕੜੀ ਤੱਕ ਆਮ ਆਦਮੀ ਪਾਰਟੀ ਦੇ ਖਿਲਾਫ ਇਸ ਕਰਕੇ ਉਹ ਚੀਜ਼ਾਂ ਹੋ ਨਹੀਂ ਪਾਈਆਂ ਤੇ ਹੁਣ ਰਾਹ ਦੂਜੇ ਅਖਤਿਆਰ ਕੀਤੇ ਜਾ ਰਿਹਾ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਹੀ ਆਹ ਕੁਝ ਪਹਿਲੀ ਮੀਟਿੰਗ ਦੇ ਵਿੱਚ ਵੀ ਤਾਂ ਉਹ ਕੁਝ ਹੀ ਹੋਇਆ ਕੇਜਰੀਵਾਲ ਹੋਰੀ ਮੀਟਿੰਗ ਕਰਨ ਲਈ ਜਾਂਦੇ ਨੇ ਲੈਫਟੇਨੈਂਟ ਗਵਰਨਰ ਦੇ ਨਾਲ ਤੇ ਲੈ ਕੇ ਜਾਂਦੇ ਆ ਨਾਲ ਕਿਤਾਬ ਕਾਨੂੰਨ ਵਾਲੀ ਜੀ ਮੇਰੇ ਹੱਕ ਕਿਹੜੇ ਆ ਤੇ ਤੇਰੇ ਹੱਕ ਕਿਹੜੇ ਉੱਥੇ ਉਹ ਪੜਾਉਣ ਲਾ ਪੈਂਦੇ ਪੜਾ ਕੇ ਆਪ ਆਉਂਦੇ ਆ ਐਲਜੀ ਨੂੰ ਕਿ ਆ ਮੇਰੇ ਹੱਕ ਬਣਦੇ ਪਾਈ ਆ ਚੀਜ਼ਾਂ ਕਾਨੂੰਨ ਦੇ ਮੁਤਾਬਕ ਮੇਰੇ ਅਧੀਨ ਆਉਣੀਆਂ ਬਾਹਰ ਆਣ ਕੇ ਇਹ ਕਹਿੰਦੇ ਜੀ ਮੇਰੀਆਂ ਤਾਂ ਸਪੈਲਿੰਗ ਮਿਸਟੇਕ ਕੱਢਦੇ ਆ ਸਾਡੀ ਲੈਟਰ ਦੇ ਵਿੱਚ ਤਾਂ ਐਲਜੀ ਹੋਰੀ ਇੱਕ ਸਾਡੇ ਹੈਡਮਾਸਟਰ ਥੋੜੀ ਆ ਕੌਣ ਹੁੰਦੇ ਆ ਸਾਨੂੰ ਇਸ ਤਰੀਕੇ ਨਾਲ ਡਿਕਟੇਟ ਕਰਨ ਵਾਲੇ ਮਤਲਬ ਮਸਲੇ ਦਾ ਹੱਲ ਕਰਨ ਲਈ ਤਾਂ ਦੋਨੋਂ ਧਿਰਾਂ ਤਿਆਰ ਨਹੀਂ ਆ ਵੀ ਇੱਕ ਵੀ ਧਿਰ ਮੰਨ ਲਈਏ ਕਿ ਤਿਆਰ ਹੁਣ ਮੀਟਿੰਗ ਰੱਖੀ ਉਹ ਕਹਿੰਦੇ ਸਾਰੇ ਵਿਧਾਇਕ ਜਾਣਗੇ ਕਿਉਂ ਜਾਣਗੇ ਸਾਰੇ ਵਿਧਾਇਕ ਜੇ ਸਾਰੇ ਵਿਧਾਇਕਾਂ ਦੇ ਜਾਣਾ ਜਾਣ ਦੀ ਜ਼ਰੂਰਤ ਹੈ ਜੇ ਲੱਗਦਾ ਕਿ ਹਾਂ ਉਹ ਸਾਰੇ ਵਿਧਾਇਕਾਂ ਨਾਲ ਮੀਟਿੰਗ ਹੋਣੀ ਚਾਹੀਦੀ ਹੈ ਤਾਂ ਗੱਲ ਵੱਖਰੀ ਆ ਤੁਸੀਂ ਕੀ ਚਾਹੁੰਦੇ ਕੱਲ ਉਹ ਕਹਿ ਦੇਣਗੇ ਐਲਜੀ ਹੋਰੀ ਕਹਿ ਦੇਣਗੇ ਫਿਰ ਲੈ ਆ ਸਾਰੇ ਵਿਧਾਇਕ ਮੈਂ ਆਪਣਾ ਸਾਰਾ ਲਾਮ ਲਸ਼ਕਰ ਲੈ ਕੇ ਆਉਂਗਾ ਤੁਸੀਂ ਗੱਲ ਕਰਨੇ ਜਾਣਾ ਜਾਂ ਜੰਗ ਲੜਨ ਜਾਣਾ ਮਸਲਾ ਤਾਂ ਇਹ ਹੈ ਨਾ ਕਿ ਤੁਸੀਂ ਕਰਨ ਕੀ ਜਾਣਾ ਆਖਰ ਜਾਂ ਇਹ ਚੀਜ਼ ਹੈ ਕਿ ਇੱਕ ਅੱਧਾ ਵਿੱਚ ਉਹ ਤੇ ਚੋਰੀ ਛਿਪੇ ਕੋਈ ਵੀਡੀਓ ਵੀਡੀਓ ਬਣਾ ਲੂਗਾ ਅੰਦਰ ਦੀ ਉਸ ਮੀਟਿੰਗ ਦੀ ਤੇ ਜੇ ਸਾਡੇ ਪੱਖ ਦੀਆਂ ਚੀਜ਼ਾਂ ਹੋਈਆਂ ਤੇ ਬਾਹਰ ਆਣ ਕੇ ਅਸੀਂ ਹੋਰ ਰਿਲੀਜ਼ ਕਰਕੇ ਕਹਾਂਗੇ ਦੇਖੋ ਜੀ ਆਹ ਹਾਲ ਕਰਦੇ ਐ ਐਲਜੀ ਹੋਰੀ ਸਾਡੇ ਨਾਲ ਹੂੰ ਇਹ ਗਲਤ ਆ ਅਸੀਂ ਤਾਂ ਬਿਲਕੁਲ ਠੀਕ ਆ ਜਾਈਏ ਕਰਨ ਦੀ ਕੋਸ਼ਿਸ਼ ਹੈ ਸੋ ਮੈਨੂੰ ਲੱਗਦਾ ਕਿ ਇੱਥੇ ਸਿਰਫ ਤੇ ਸਿਰਫ ਇੱਕ ਦੂਜੇ ਨਾਲ ਫ੍ਰਿਕਸ਼ਨ ਵਧਾਈ ਜਾ ਰਹੀ ਆ ਮੈਂ ਵੱਡਾ ਮੈਂ ਵੱਡਾ ਉਹਦੀ ਲੜਾਈ ਚੱਲਦੀ ਪਈ ਆ ਮਸਲਾ ਕੋਈ ਹੈ ਹੀ ਨਹੀਂ ਆ ਵਿੱਚ ਜੀ ਜੇ अरविंद केजरीवाल सिंगापुर ਜਾਣ ਦਾ ਪ੍ਰੋਗਰਾਮ ਲੀਕ দেয়া ਉਹਨਾਂ ਨੂੰ ਸੱਦਾ ਹੁੰਦਾ ਉੱਥੇ ਐਜੂਕੇਸ਼ਨ ਸੈਕਟਰ ਨੂੰ ਲੈ ਕੇ ਉੱਥੇ ਉਹ ਸੱਦਦੇ ਇਹਨਾਂ ਨੂੰ ਤੇ ਉਹਦੇ ਲਈ ਕਹਿੰਦੇ ਜੀ ਮੈਂ ਸਿੰਗਾਪੁਰ ਜਾਣਾ ਤੇ ਐਲਜੀ ਸਾਹਿਬ ਕਹਿੰਦੇ ਨਹੀਂ ਤੁਸੀਂ ਨਹੀਂ ਜਾ ਸਕਦੇ ਗ੍ਰਹਿ ਮੰਤਰਾਲਾ ਕਹਿੰਦਾ ਤੁਸੀਂ ਨਹੀਂ ਜਾਓਗੇ ਇਹ ਪ੍ਰੋਗਰਾਮ ਤਾਂ ਹੈਗਾ ਮੇਅਰ ਦੇ ਲੈਵਲ ਦਾ ਤੁਸੀਂ ਕੀ ਕਰਨ ਜਾਣਾ ਜਦੋਂ ਤਾਂ ਬਾਹਰ ਜਾਣਾ ਹੁੰਦਾ ਵਿਦੇਸ਼ ਚ ਜਾਣਾ ਹੁੰਦਾ ਉਦੋਂ ਕਹਿੰਦੇ ਕਿ ਮੇਅਰ ਦੇ ਲੈਵਲ ਦਾ ਤੁਸੀਂ ਮੁੱਖ ਮੰਤਰੀਆਂ ਤੇ ਜਦੋਂ ਮੁੱਖ ਮੰਤਰੀ ਵਾਲੇ ਅਧਿਕਾਰਾਂ ਦੀ ਗੱਲ ਕਰਦੇ ਕਿ ਜਿਹੜੀ ਹਾਲ ਹੋ ਰਹੀ ਉਦੋਂ ਉਹਨੂੰ ਕਹਿੰਦੇ ਮੇਅਰ ਜਿੰਨੀਆਂ ਹੀ ਤਾਕਤ ਆਇਆ ਤੇਰੇ ਕੋਲ ਹੂੰ ਮਤਲਬ ਦੋਨੋਂ ਹੀ ਤਰ੍ਹਾਂ ਇੱਕ ਦੂਜੇ ਦੇ ਆਲੇ-ਦੁਆਲੇ ਹੋਈਆਂ ਉਹਦੇ ਵਿੱਚ ਨੁਕਸਾਨ ਕਿਦਾ ਹੋ ਰਿਹਾ ਉਹਦੇ ਵਿੱਚ ਨੁਕਸਾਨ ਹੋ ਰਿਹਾ ਦਿੱਲੀ ਦੇ ਲੋਕਾਂ ਦਾ ਜੀ ਦਿੱਲੀ ਦੇ ਲੋਕ ਤਵਕਕੋ ਰੱਖਦੇ ਆ ਭਾਜਪਾ ਦੇ ਕੋਲੋਂ ਵੀ ਕੇਂਦਰੀ ਕੇਂਦਰ ਸ਼ਾਸਿਤ ਸੂਬਾ ਹੈਗਾ ਦਿੱਲੀ ਦੇ ਲੋਕ ਤਵਕਕੋ ਰੱਖਦੇ ਆ ਆਮ ਆਦਮੀ ਪਾਰਟੀ ਕੋਲ ਵੀ ਕਿਉਂਕਿ ਉੱਥੇ ਚੁਣੀ ਹੋਈ ਸਰਕਾਰ ਹੈ ਦਿੱਲੀ ਦੇ ਲੋਕ ਤਾਂ ਇਹ ਵੀ ਉਡੀਕ ਕਰਦੇ ਮੇਅਰ ਕਦੋਂ ਚੁਣੋਗੇ ਮਿਊਨਿਸਪਲ ਕਾਰਪੋਰੇਸ਼ਨ ਸਹੀ ਤਰੀਕੇ ਨਾਲ ਕੰਮ ਕਰਨਾ ਕਦੋਂ ਸ਼ੁਰੂ ਕਰੇਗੀ ਉਹ ਰੀੜਕਾ ਜੇ ਵੀ ਬਾਕੀ ਹੈ ਤੁਸੀਂ ਉਹਨੂੰ ਹੱਲ ਕਰਨ ਦੀ ਬਜਾਏ ਇੱਕ ਪਾਸੇ ਜਾਂ ਫਿਰ ਇਹ ਕਹਿ ਸਕਦੇ ਕਿ ਮੇਅਰ ਨਹੀਂ ਬਣ ਦੇਣਾ ਆਮ ਆਦਮੀ ਪਾਰਟੀ ਦਾ ਨਿਤ ਨਵੇਂ ਕਸੂਤੇ ਪੰਗੇ 'ਚ ਫਸਾਈ ਰੱਖਣਾ ਕੇਜਰੀਵਾਲ ਨੂੰ ਕਦੀ ਉਧਰ ਲੈ ਕੇ ਤੁਰਪਾ ਕਦੀ ਉਧਰ ਲੈ ਕੇ ਤੁਰਪਾ ਕਦੀ ਆਫ ਫਾਈਲ ਰੋਕ ਦੋ ਕਦੀ ਆ ਫਾਈਲ ਰੋਕ ਦੋ ਬਸ ਕੋਈ ਨਾ ਕੋਈ ਇੱਦਾਂ ਦੀ ਚੀਜ਼ ਕਰਕੇ ਰੱਖਣੀ ਦੋਨੋਂ ਹੀ ਤਿਹਰਾ ਪੋਲਿਟਿਕਸ ਤੱਬ ਕੇ ਕਰਦੀਆਂ ਪਈਆਂ ਨੇ ਹਕੀਕਤ ਨਾ ਕੇਜਰੀਵਾਲ ਦੱਸਦੇ ਪਿਆ ਨਾ ਹਕੀਕਤ ਕੇਂਦਰ ਸਰਕਾਰ ਦੱਸਦੀ ਹੈ ਐਲਜੀ ਦੇ ਜ਼ਰੀਏ ਕਿਉਂਕਿ ਐਲਜੀ ਦਾ ਮਤਲਬ ਹੈ ਐਲਜੀ ਨਹੀਂ ਐਲਜੀ ਦਾ ਮਤਲਬ ਉੱਥੇ ਕੇਂਦਰ ਦੀ ਸਰਕਾਰ ਹੈ ਨਾ ਕੇਂਦਰ ਦੀ ਸਰਕਾਰ ਉੱਥੇ ਕੁਝ ਦੱਸਦੀ ਪਈ ਹੈ ਨਾ ਕੇਜਰੀਵਾਲ ਦੱਸਦੇ ਪਿਆ ਬਸ ਆਪੋ ਆਪਣੇ ਦਾਅਵੇ ਇਹਨਾਂ ਦੋਨਾਂ ਦੇ ਕੀਤੇ ਜਾ ਰਹੇ ਐਲਜੀ ਸਾਹਿਬ ਕਹਿੰਦੇ ਕਿ ਜੋ ਮੈਂ ਕਰਤਾ ਉਹੀ ਅੰਤਮ ਸੱਚ ਹੈ ਉਹ ਤੋਂ ਅੱਗੇ ਸੱਚ ਕੋਈ ਹੈ ਹੀ ਨਹੀਂ ਆ ਜੀ ਤੇ ਕੇਜਰੀਵਾਲ ਕਹਿੰਦੇ ਮੇਰੇ ਨਾਲੋਂ ਸੱਚਾ ਬੰਦਾ ਕਿਹੜਾ ਟਟੜ ਇਮਾਨਦਾਰ ਅਸੀਂ ਬੰਦੇ ਆ ਅਸੀਂ ਲੋਕਾਂ ਦੇ ਪੱਖ 'ਚ ਖੜ ਸਕਦੇ ਆ ਹੋਰ ਕੋਈ ਨਹੀਂ ਖੜ ਸਕਦਾ ਜੀ ਤੇ ਸੁਪਰੀਮ ਕੋਰਟ ਦੇ ਵਿੱਚ ਅਧਿਕਾਰ ਖੇਤਰਾਂ ਦੀ ਵੱਖਰੀ ਲੜਾਈ ਚੱਲਦੀ ਪਈ ਆ ਇੱਕ ਵਾਰੀ ਸੁਪਰੀਮ ਕੋਰਟ ਪਹਿਲਾਂ ਉਹ ਚੀਜ਼ਾਂ ਕਰ ਚੁੱਕਾ ਸੋ ਲੜਾਈ ਸਾਰੀ ਆਪੋ ਆਪਣੇ ਅਧਿਕਾਰ ਖੇਤਰ ਦੀ ਲੜਦੇ ਪੈ ਆਪੋ ਆਪਣੇ ਨੂੰ ਵੱਡਾ ਸਾਬਤ ਕਰਨ ਦੀ ਹੈ ਵਿੱਚੋਂ ਕੱਖ ਨਹੀਂ ਨਿਕਲਦਾ ਜੀ ਦੱਸੋ ਮੀਟਿੰਗ ਹੋਣੀ ਆ ਮੀਟਿੰਗ ਦੇ ਵਿੱਚ ਕੇਜਰੀਵਾਲ ਇਕੱਲੇ ਚਲੇਗਾ ਸਾਰੇ ਵਿਧਾਇਕ ਲੈ ਕੇ ਚਲੇਗਾ ਉਹਦੇ ਨਾਲ ਸਾਰੇ ਵਿਧਾਇਕ ਚਲ ਜਾਂਦੇ ਆ ਤੇ ਜਿਹੜਾ ਨੁਕਤਾ ਤੁਸੀਂ ਐਲਜੀ ਨਾਲ ਵਿਚਾਰਨਾ ਕੀ ਸਾਰੇ ਐਮਐਲਏਜ਼ ਨਾਲ ਰਿਲੇਟਡ ਹੈ ਜਾਂ ਕੱਲ ਕੇਜਰੀਵਾਲ ਜਾਂ ਉਹ ਮੁੱਖ ਮੰਤਰੀ ਦੇ ਨਾਲ ਹੀ ਰਿਲੇਟਡ ਹੈਗਾ ਜੇ ਸਾਰੇ ਚਲੇ ਗਏ ਅਗੋਂ ਲਾਮ ਲਸ਼ ਕਰ ਲੈ ਕੇ ਐਲਜੀ ਸਾਹਿਬ ਬਹਿ ਜਾਂਦੇ ਆ ਉਹਦੇ ਨਾਲ ਕਿੱਦਾਂ ਮਸਲਾ ਹੱਲ ਹੋ ਜਾਏਗਾ ਜੀ ਜੇ ਤੁਹਾਡਾ ਦੋਨਾਂ ਦਾ ਇਕੱਠਿਆਂ ਬੈਠਿਆਂ ਦਾ ਉੱਥੇ ਮਸਲਾ ਹੱਲ ਨਹੀਂ ਹੋਇਆ ਜਦੋਂ ਤੁਸੀਂ ਕਾਨੂੰਨ ਦੀ ਕਿਤਾਬ ਲੈ ਕੇ ਗਏ ਸੀ ਐਲਜੀ ਦੇ ਕੋਲ ਤੇ ਹੁਣ ਸਾਰੇ ਵਿਧਾਇਕਾਂ ਨੂੰ ਬਿਠਾ ਕੇ ਕਿਵੇਂ ਹੱਲ ਕਰ ਲੋਗੇ ਜਾਂ ਐਲਜੀ ਸਾਹਿਬ ਜਿਹੜਾ ਆ ਉਹ ਜੇ ਇਹ ਕਹਿ ਦਿੰਦੇ ਆ ਕਿ ਨਹੀਂ ਪਾਈ ਪਹਿਲਾਂ ਮੀਟਿੰਗ ਕਰ ਲੈਣੀ ਆ ਫੇਰ ਕਹਿੰਦੇ ਨਹੀਂ ਮੀਟਿੰਗ ਵੀ ਕਰਨੀ ਤੇ ਜੇ ਸਾਰੇ ਵਿਧਾਇਕ ਵੀ ਆ ਜਾਣਗੇ ਫੇਰ ਕੀ ਹੋਇਆ ਗੱਲ ਤਾਂ ਉੱਥੇ ਹੀ ਰਹਿਣੀ ਆ ਲੌਜੀਕਲੀ ਜੇ ਐਲਜੀ ਹੋਰਾਂ ਨੂੰ ਲੱਗਦਾ ਕਿ ਮੈਂ ਠੀਕ ਆ ਤੇ ਉਹ ਸਾਰੇ ਵਿਧਾਇਕਾਂ ਨੂੰ ਸਮਝਾ ਸਕਦੇ ਕਿ ਪਾਈ ਆ ਚੀਜ਼ ਠੀਕ ਹੈ ਤੁਹਾਡਾ ਲੀਡਰ ਗਲਤ ਬੋਲਦਾ ਜੀ ਉਹ ਉਹਨਾਂ ਨੂੰ ਸਮਝਾ ਸਕਦੇ ਆ ਕਿ ਤੁਹਾਡਾ ਲੀਡਰ ਇੱਥੇ ਗਲਤ ਆ ਮੈਂ ਠੀਕ ਕਹਾਂਗਾ ਕਾਨੂੰਨ ਦੇ ਮੁਤਾਬਕ ਆ ਚੀਜ਼ਾਂ ਮੇਰੇ ਅਧਿਕਾਰ ਖੇਤਰ ਚ ਆਉਂਦੀਆਂ ਤੇ ਆ ਚੀਜ਼ ਤੁਸੀਂ ਗਲਤ ਕਰਦੇ ਹੋ ਮੈਂ ਇਸ ਕਰਕੇ ਰੋਕੀ ਦੋਨੋਂ ਇਤਨਾ ਹਮ ਆਕੜਿਆ ਦੋਨਾਂ ਦੀ ਦੋਨੋਂ ਪਾਸੇ ਮੈਨੂੰ ਲੱਗਦਾ ਨਾ ਕਿ ਧੌਣ ਚ ਸਰੀਆ ਆੜਿਆ ਹੋਇਆ ਝੁਕਣ ਲਈ ਕੋਈ ਵੀ ਤਿਆਰ ਨਹੀਂ ਅ ਜੇ ਬਿਲਕੁਲ ਲੇਕਿਨ ਜਿਸ ਤਰ੍ਹਾਂ ਜ਼ਿਕਰ ਤੁਸੀਂ ਕੀਤਾ ਕਿ ਇਸ ਸਮੇਂ ਪਰੇਸ਼ਾਨ ਜੇ ਕੋਈ ਹੈ ਮੁਸ਼ਕਿਲ ਦੇ ਵਿੱਚ ਕੋਈ ਹੈ ਤਾਂ ਉਹ ਦਿੱਲੀ ਦੇ ਲੋਕ ਨਹੀਂ ਜਿਨ੍ਹਾਂ ਦੇ ਕੰਮ ਰੁਕੇ ਹੋਏ ਨੇ ਪਰ ਇਹਦਾ ਖਾਮਿਆਜ਼ਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਭੁਗਤਾਨ ਪਾਇ ਸਕਦਾ ਹੈ 2024 ਦੇ ਵਿੱਚ ਜੇ ਭੁਗਤਾਨ ਪਵੇਗਾ ਵੀ ਫਿਰ ਕਿਹੜੇ ਧਿਰ ਨੂੰ ਭੁਗਤਾਨ ਪਵੇਗਾ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕੀਤਾ ਜਾਵੇ ਤਾਂ ਉਹ ਤਾਂ ਇਹੇ ਦੋਸ਼ ਲਗਾਉਂਦੇ ਨੇ ਕਿ ਅਸੀਂ ਤਾਂ ਲੋਕਾਂ ਦੇ ਫਾਇਦੇ ਦੀ ਗੱਲ ਕਰਦੇ ਹਾਂ ਅਸੀਂ ਤਾਂ ਸਿੱਖਿਆ ਦੀ ਗੱਲ ਕਰਦੇ ਹਾਂ ਪਰ ਉਹਦੇ ਵਿੱਚ ਅੜਿੱਕਾ ਜਿਹੜਾ ਪਾਇਆ ਜਾ ਰਿਹਾ ਹੈ ਉਹ ਐਲਜੀ ਵੱਲੋਂ ਪਾਇਆ ਜਾ ਰਿਹਾ ਹੈ ਫਿਰ ਲੱਗਦਾ ਹੈ ਕਿ ਭਾਜਪਾ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਇਸ ਮਾਮਲੇ 'ਚ ਖੜਾ ਕੀਤਾ ਜਾ ਸਕਦਾ ਹੈ ਜਾਂ ਫਿਰ ਅਰਵਿੰਦ ਕੇਜਰੀਵਾਲ ਨੂੰ ਇਸ ਦਾ ਕੋਈ ਖਾਮਿਆਜ਼ਾ 24 ਦੇ ਵਿੱਚ ਭੁਗਤਾਨ ਪਵੇਗਾ ਕੇਜਰੀਵਾਲ ਭੁਗਤ ਚੁੱਕੇ ਆ ਹੂੰ 19 ਦੇ ਵਿੱਚ ਉਹਨਾਂ ਨੇ ਭੁਗਤ ਲਿਆ ਕੋਈ ਲੋਕ ਸਭਾ ਦੀ ਸੀਟ ਨਹੀਂ ਉੱਥੋਂ ਜੀ 0 ਸੱਤ ਦੀਆਂ ਸੱਤ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੂੰ ਐਮਸੀਡੀ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਸੀ ਉਹ ਸਮੇਂ ਜੇ ਹੁਣ ਤੋਂ ਪਹਿਲਾਂ ਦੀ ਗੱਲ ਕਰੀਏ ਕੇਂਦਰ ਸ਼ਾਸਿਤ ਸੂਬਾ ਹੋਣ ਦਾ ਕਰਕੇ ਭਾਰਤੀ ਜਨਤਾ ਪਾਰਟੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਬਹੁਤ ਸਾਰੀਆਂ ਚੀਜ਼ਾਂ ਐਂਟੀ ਕ腐ਪਸ਼ਨ ਬਿਊਰੋ ਦੀ ਗੱਲ ਕਰ ਲਓ ਪੁਲਿਸ ਦੀ ਗੱਲ ਕਰ ਲਓ ਹੋਰ ਬੜਾ ਕੁਝ ਆ ਅਫਸਰਾਂ ਦੀਆਂ ਬਦਲੀਆਂ ਟਰਾਂਸਫਰ ਉਹਦੇ ਤੋਂ ਇਲਾਵਾ ਪੋਇੰਟਮੈਂਟਸ ਇਹਨਾਂ ਚੀਜ਼ਾਂ ਨੂੰ ਲੈ ਕੇ ਉਹ ਕੇਂਦਰ ਸਰਕਾਰ ਦੇ ਦਿਨ ਉਹਦਾ ਕੇਸ ਚੱਲਦਾ ਪਿਆ ਇਸ ਵੇਲੇ ਸੁਪਰੀਮ ਕੋਰਟ ਦੇ ਵਿੱਚ ਅਧਿਕਾਰੀਆਂ ਦੀ ਬਦਲੀ ਤੇ ਪੋਸਟਿੰਗ ਨੂੰ ਲੈ ਕੇ ਹੁਣ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕੀਤਾ ਜੀ ਇਸ ਸਮੇਂ ਜੇ ਐਮਸੀਡੀ ਦੇ ਵਿੱਚ ਆਮ ਆਦਮੀ ਪਾਰਟੀ ਬਿਹਤਰ ਕੰਮ ਕਰਦੀ ਆ ਫਾਇਦਾ ਕਿਹਦਾ ਹੋਣਾ ਆਮ ਆਦਮੀ ਪਾਰਟੀ ਦਾ ਨੁਕਸਾਨ ਕਿਹਦਾ ਹੋਣਾ ਭਾਰਤੀ ਜਨਤਾ ਪਾਰਟੀ ਦਾ ਜੀ ਤੇ ਉਹ ਚੀਜ਼ਾਂ ਤਾਂ ਬੋਲਦੀਆਂ ਪਈਆਂ ਨੇ ਉਹੀ ਇਸੇ ਕਰਕੇ ਮੈਂ ਕਹਿੰਦਾ ਕਿ 24 ਦਾ ਕਰਕੇ ਹੀ ਕਮਾਈ ਚੱਲਦੀ ਪਈਆ ਭਾਜਪਾ ਇਹ ਨਹੀਂ ਚਾਹੁੰਦੀ ਕਿ ਸਾਡਾ ਅਕਸ ਖਰਾਬ ਹੋਵੇ ਤੇ ਜਿਹੜੀਆਂ 7 ਸੀਟਾਂ ਅਸੀਂ ਦਿੱਲੀ ਦੇ ਵਿੱਚ ਲਈਆਂ ਹ ਉਹ ਸਾਡੇ ਹੱਥੋਂ ਇੱਕ ਵੀ ਖੁੱਸੇ ਉਹ ਨਹੀਂ ਚਾਹੇਗੀ ਕਿ ਇੱਕ ਵੀ ਸੀਟ ਸਾਡੇ ਹੱਥੋਂ ਖੁੱਸੇ ਕਿਉਂਕਿ ਇੱਕ ਸੀਟ ਦੇ ਖੁੱਸਣ ਦਾ ਮਤਲਬ ਵੀ ਨੁਕਸਾਨ ਹੀ ਹੈ ਜੀ ਨਫਾ ਨਹੀਂ ਹੋਏਗਾ ਇਸ ਵੇਲੇ ਇੱਕ ਇੱਕ ਸੀਟ ਭਾਰਤੀ ਜਨਤਾ ਪਾਰਟੀ ਲਈ ਬੜੀ ਮਹੱਤਵਪੂਰਨ ਹੈ ਬੜੀ ਸੰਜੀਦਗੀ ਨਾਲ ਉਹ ਇਸ ਪਾਸੇ ਵੱਲ ਚੱਲਦੀ ਆਮ ਆਦਮੀ ਪਾਰਟੀ ਦੇ ਲਈ ਇੱਕ ਵਾਅਦਾ ਹੋਏਗੀ ਕਿ ਜਿੰਨਾ ਪ੍ਰਭਾਵ ਦਿੱਲੀ ਦੇ ਵਿੱਚ ਬਣਾ ਪਾਵਾਂਗੇ ਭਾਵੇਂ ਕੇਂਦਰ ਸ਼ਾਸਿਤ ਸੂਬਾ ਆ ਸਾਡੇ ਇੱਥੇ ਐਮਪੀ ਹੋਣਗੇ ਐਮਪੀ ਨੂੰ ਐਮਪੀ ਲੈਡ ਫੰਡ ਮਿਲਦਾ ਹੈ 5 ਕਰੋੜ ਸਾਲ ਦਾ ਉਹ 5 ਕਰੋੜ ਉਸ ਹਲਕੇ 'ਚ ਲੱਗੇਗਾ ਐਮਸੀਡੀ ਆਪਣਾ ਕੰਮ ਕਰੇਗੀ ਸਰਕਾਰ ਆਪਣਾ ਕੰਮ ਕਰੇਗੀ ਪੱਕੇ ਹੋ ਜਾਣਾ ਕੱਲ ਅਸੀਂ ਦਿੱਲੀ ਦੇ ਵਿੱਚ ਹੂੰ ਸਾਡੀ ਤਾਂ ਥਾਂ ਬਣ ਜਾਣੀ ਲੋਕਾਂ ਨੇ ਕਹਣਾ ਕੰਮ ਹੀ ਇਹ ਕਰਦੇ ਆ ਜਦੋਂ ਉਧਰਲੇ ਪਾਸੇ ਵੀ ਕੰਮ ਕਰਕੇ ਦਿਖਾ ਦਾਂਗੇ ਹੋ ਸਕਦਾ ਹੈ ਕਿ ਐਮਪੀ ਉਸ ਤਰੀਕੇ ਨਾਲ ਕੰਮ ਨਾ ਕਰ پا ਰਹੇ ਹੋਣ ਆਮ ਆਦਮੀ ਪਾਰਟੀ ਦੇ ਕੋਲ ਘੱਟੋ ਘੱਟ ਇਹ ਤਾਂ ਹੈਗਾ ਕਿ ਦਿਖਾਉਣਾ ਬਹੁਤ ਵਧੀਆ ਆਉਂਦਾ ਉਹਨੂੰ ਕੰਮ ਕੀਤਾ ਥੋੜਾ ਕਰਕੇ ਬਹੁਤਾ ਦਿਖਾਉਣਾ ਬਹੁਤ ਆਉਂਦਾ ਜੀ ਭਾਜਪਾ ਕੁਝ ਨਹੀਂ ਕਰਦੀ ਤਾਂ ਉਹਨੂੰ ਉਹਦਾ ਦਿਖਾਉਣਾ ਆਉਂਦਾ ਕਿ ਅਸੀਂ ਬਹੁਤ ਕੁਝ ਕਰਦਾ ਉਹ ਫਿਰ ਉਹ ਖਲਾਰ ਕੇ ਕਾਗਜ਼ ਜਾਂ ਤੇ ਉਸ ਝਾੜੂ ਲਾਉਂਦੇ ਸਵਚ ਭਾਰਤ ਦੇ ਵਾਸਤੇ ਉਹ ਨਜ਼ਰ ਵੀ ਆ ਜਾਂਦੇ ਆ ਉਹ ਚੀਜ਼ਾਂ ਕਰ ਲੈਂਦੇ ਪਰ ਇੱਥੇ ਮਸਲਾ ਇਹ ਹੈ ਕਿ ਹੋਣ ਦੀ ਲੜਾਈ ਦੋਨਾਂ ਦੀ ਚੱਲਦੀ ਪਈ ਹੈ ਭੁਗਤ ਭੋਗੀ ਦਿੱਲੀ ਦੇ ਲੋਕ ਆ ਪਰ ਦਿੱਲੀ ਦੇ ਲੋਕ ਸਿਆਣੇ ਵੀ ਆ ਤੁਸੀਂ ਕਹਿ ਲੋਗੇ ਕਿ ਨਹੀਂ ਪਾਈ ਦਿੱਲੀ ਦੇ ਲੋਕ ਸਿਆਣੇ ਨਹੀਂ ਆ ਜਿਉ ਉਹਨਾਂ ਨੇ 19 ਦੇ ਵਿੱਚ 7 ਦੀਆਂ 7 ਸੀਟਾਂ ਜਿੱਤਾਈਆਂ ਭਾਜਪਾ ਨੂੰ ਤੇ ਦਿੱਲੀ ਦੇ ਲੋਕਾਂ ਦਾ ਸੋਚਣਾ ਸੀ ਉਹ ਉੱਥੇ ਤਾਂ ਕੇਜਰੀਵਾਲ ਮੰਨ ਗਏ ਸੀਗੇ ਕਿ ਦਿੱਲੀ ਲਈ ਕੇਜਰੀਵਾਲ ਤੇ ਕੇਂਦਰ ਲਈ ਮੋਦੀ ਇਹ ਪੋਸਟਰ ਛਾਪਦੇ ਹੁੰਦੇ ਸੀਗੇ ਆਮ ਆਦਮੀ ਪਾਰਟੀ ਦੇ ਵੱਲੋਂ ਉਹ ਲੋਕ ਜਾਣਦੇ ਸੀ ਕੇਜਰੀਵਾਲ ਪ੍ਰਧਾਨ ਮੰਤਰੀ ਤਾਂ ਨਹੀਂ ਨਾ ਬਣਨ ਲੱਗਾ ਪ੍ਰਧਾਨ ਮੰਤਰੀ ਬਣਨ ਲਈ ਉਹਦੇ ਕੋਲ ਏਡੀ ਤਾਕਤ ਹੈ ਨਹੀਂਗੇ ਪ੍ਰਧਾਨ ਮੰਤਰੀ ਜੇ ਕੋਈ ਬਣਾਉਣਾ ਤਾਂ ਫਿਰ ਸਾਨੂੰ ਉਸ ਪਾਰਟੀ ਨੂੰ ਜਿਤਾਉਣਾ ਪੈਗਾ ਜਿਸ ਪਾਰਟੀ ਦਾ ਪ੍ਰਧਾਨ ਮੰਤਰੀ ਬਣ ਸਕਦਾ ਦਿੱਲੀ ਦੇ ਲੋਕਾਂ ਨੇ ਸਾਰੀਆਂ ਸੀਟਾਂ ਉਹਨਾਂ ਨੂੰ ਜਿਤਾਤੀਆਂ ਹੁਣ ਉਹਦੇ ਤੋਂ ਬਾਅਦ ਅਗਲੀਆਂ ਚਿੰਤਾਵਾਂ ਬਣੀਆਂ ਹੋਈਆਂ ਨੇ 24 ਦੇ ਲਈ ਕਿਉਂਕਿ 8 ਸਾਲ ਦਾ ਕਾਰਜਕਾਲ ਵੀ ਦੇਖ ਲਿਆ ਮੋਦੀ ਹੋਰਾਂ ਦਾ 8 ਸਵਾ 8 ਸਾਲ ਦਾ ਕਿ ਉਹਨਾਂ ਨੇ ਕੀਤਾ ਕੀ ਆ ਵਾਅਦੇ ਕੀ ਕੀਤੇ ਸੀ ਕੀ ਹੋਇਆ ਕੋਰੋਨਾ ਦੇ ਦੌਰ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਦੇਖ ਲਿਆ ਕਿ ਸਾਡੇ ਐਮਪੀ ਕਿੱਥੇ ਖੜੇ ਆ ਕਿੰਨਾ ਕੁ ਸਾਡੇ ਪੱਖ ਚ ਭੁਗਤੇ ਆ ਹੂੰ ਤੇ ਹੁਣ ਉਹਦੇ ਤੋਂ ਬਾਅਦ ਉਹ ਚੀਜ਼ਾਂ ਪਰਫਾਰਮੈਂਸ ਦੇ ਰੂਪ ਚ ਬੋਲਣੀਆਂ ਇਸ ਕਰਕੇ ਹੁਣ ਉਹ ਪਰਫਾਰਮੈਂਸ ਨਾ ਬੋਲੇ ਆ ਨੂਰਾ ਕੁਸ਼ਤੀ ਬੋਲੇ ਇਹਨਾਂ ਚੋਣਾ ਦੇ ਵਿੱਚ ਵੀ ਇਹਨਾਂ ਨੇ ਇਹ ਕਰਤਾ ਉਹਨਾਂ ਨੇ ਉਹ ਕਰਤਾ ਉਹ ਪਰਫਾਰਮੈਂਸ ਦੀ ਗੱਲ ਨਾ ਹੋਵੇ ਇਸ ਕਰਕੇ ਵੀ ਇਹ ਰੋਲ ਕੁਚੋਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਤਾਂ तमाम ਮੁੱਦਿਆਂ ਉੱਤੇ ਚਰਚਾ ਅੱਗੇ ਵੀ ਜਾਰੀ ਰੱਖਾਂਗੇ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤਜਸਵੀਰ ਜੀ ਇੱਕ ਪਾਸੇ ਇੱਕ ਮਾਮਲਾ ਹੋਰ ਹੈ ਜਿੱਤੇ ਇੱਕ ਵਾਰ ਫਿਰ ਭਾਜਪਾ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਨੇ ਸਵਾਤੀ ਮਾਲੀਵਾਲ ਨਾਲ ਛੇੜਛਾੜ ਦਾ ਮਾਮਲਾ ਹਾਲਾਂਕਿ ਉਹ ਕਹਿ ਰਹੇ ਨੇ ਕਿ ਉਹ ਅਣਜਾਣ ਵਿਅਕਤੀ ਸੀ ਉਹਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਕਸੀਟਿਆ ਗਿਆ ਕੁਝ ਦੂਰੀ ਤੱਕ ਲੇਕਿਨ ਦੂਸਰੇ ਹੀ ਪਾਸੇ ਭਾਜਪਾ ਨੇ ਹੁਣ ਨਵਾਂ ਮੋੜ ਲੈ ਆਂਦਾ ਇਸ ਮਾਮਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਬੰਦਾ ਮੈਂਬਰ ਹੀ ਆਮ ਆਦਮੀ ਪਾਰਟੀ ਦਾ ਹੈ ਸਾਰਾ ਅਫਰਜ਼ੀ ਸਟਿੰਗ ਕੀਤਾ ਗਿਆ ਹੈ ਇਸ ਨੂੰ ਕਿਵੇਂ ਦੇਖਦੇ ਹੋ ਵੈਸੇ ਇੱਕ ਗੱਲ ਦੀ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਪੋਲਿਟਿਕਲ ਪਾਰਟੀ ਨਾਲ ਸੰਬੰਧਤ ਹੋ ਸਕਦਾ ਤੇ ਅਪਰਾਧ ਉਹਦੀ ਮਾਨਸਿਕਤਾ ਦੇ ਵਿੱਚ ਹੋਏਗਾ ਹੂੰ ਪਾਰਟੀ 'ਚ ਹੈ ਜਾਂ ਨਹੀਂ ਹੈ ਇਹਦੇ ਬਾਰੇ ਕੋਈ ਇਹ ਤੈਅ ਨਹੀਂ ਕਰ ਲੈਣਾ ਚਾਹੀਦਾ ਕਿ ਆਹ ਬੰਦਾ ਅਪਰਾਧੀ ਹੈ ਤੇ ਸਾਰੀ ਪਾਰਟੀ ਜਿਹੜੀ ਆ ਉਹ ਅਪਰਾਧੀ ਹੁਣ ਜੇ ਫਰਜ਼ੀ ਸਟਿੰਗ ਉਹਨੂੰ ਕਿਹਾ ਜਾ ਰਿਹਾ ਉਹ ਕੜੀਸਕੇ ਲੈ ਕੇ ਜਾਂਦਾ ਦੂਰ ਤੱਕ ਹੂੰ ਉਹਦੀ ਵੀਡੀਓ ਸਾਹਮਣੇ ਆਈ ਹੋਈ ਹੈ ਉਹਦੇ ਤੋਂ ਬਾਅਦ ਗ੍ਰਿਫਤਾਰੀ ਉਹਦੀ ਹੁੰਦੀ ਹੈ ਤੇ ਜੇ ਆਮ ਆਦਮੀ ਪਾਰਟੀ ਦਾ ਵੀ ਆ ਤੇ ਗਲਤ ਕੀਤਾ ਤੂੰ ਨੂੰ ਗ੍ਰਿਫਤਾਰ ਕਰ ਲੇਗਾ ਜੀ ਚੰਗੀ ਗੱਲ ਹੈ ਨਾ ਕਿ ਗ੍ਰਿਫਤਾਰੀ ਹੋ ਗਈ ਹੈ ਜੇ ਸਾਰਾ ਕੁਝ ਕੀਤਾ ਗਿਆ ਤੇ ਕੀਤਾ ਕਿਹਨੇ ਗ੍ਰਿਫਤਾਰਿਆ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਦਿੱਲੀ ਪੁਲਿਸ ਕਿਹਦੇ ਅਧੀਨ ਹੈ ਹੂੰ ਕੇਂਦਰ ਸਰਕਾਰ ਦੇ ਅਧੀਨ ਭਾਜਪਾ ਹੈ ਕੇਂਦਰ ਦੇ ਵਿੱਚ ਜਾਂਚ ਪੜਤਾਲ ਕਰਵਾ ਕੇ ਪਰਦਾ ਫਾਸ਼ ਕਰਵਾ ਦਿਓ ਹੂੰ ਜਾਂਚ ਤਾਂ ਦਿੱਲੀ ਪੁਲਿਸ ਨੇ ਕਰਦੀਆਂ ਕਿ ਉਹ ਫਰਜ਼ੀ ਤਰੀਕੇ ਨਾਲ ਸਟਿੰਗ ਕੀਤਾ ਗਿਆ ਜਾਂ ਅਸਲ ਦੇ ਵਿੱਚ ਜਿੰਨੇ ਗ੍ਰਿਫਤਾਰ ਕੀਤਾ ਉਹ ਤਾਂ ਅਥਾਰਟੀ ਹੈਗੀ ਹੈ ਤੁਹਾਡੇ ਕੋਲ ਸਗਾ ਤੇ ਪਰਦਾ ਫਾਸ਼ ਕਰੋ ਕਾਨੂੰਨੀ ਨੁਕਤੇ ਦੇ ਨਾਲ ਕਹਿੰਦੇ ਜੀ ਚੋਣਾਂ ਦੇ ਵਿੱਚ ਕਿਸੇ ਐਮਐਲਏ ਦੇ ਲਈ ਇਹਨੂੰ ਪ੍ਰਚਾਰ ਕਰਦੇ ਦੇਖਿਆ ਗਿਆ ਸੀਗਾ ਜੀ ਹੁਣ ਉਹ ਚੋਣਾਂ ਲਈ ਪ੍ਰਚਾਰ ਕਰਦਾ ਸੀ ਸਵਾਤੀ ਮਾਲੀਵਾ ਨੂੰ ਜਾਣਦਾ ਨਹੀਂ ਜਾਣਦਾ ਕੀ ਕਾਰਨ ਹੈ ਕਿਵੇਂ ਸਾਰੀਆਂ ਚੀਜ਼ਾਂ ਵਾਪਰੀਆਂ ਆ ਔਰ ਨਸ਼ੇ ਦੀ ਹਾਲਤ ਦੇ ਵਿੱਚ ਵੀ ਸਿਗਰਾਰਟ ਨੂੰ ਹੂੰ ਜਦੋਂ ਉਹਨੇ ਇਹ ਸਾਰਾ ਕੁਝ ਕੀਤਾ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਠੀਕ ਹੈ ਜੇ ਆਮ ਆਦਮੀ ਪਾਰਟੀ ਦਾ ਵੀ ਹੈ ਨਾ ਫੇਰ ਸਗੋਂ ਪ੍ਰਚਾਰ ਕੇ ਸਖਤ ਸਜ਼ਾ ਦੇਣੀ ਚਾਹੀਦੀ ਹੈ ਉਹਨੂੰ ਜੀ ਕਿ ਪਾਈ ਤੁਹਾਡੀ ਆਪਣੀ ਸੱਤਾ ਤੇ ਆਪਣੀ ਸੱਤਾ ਦੇ ਵਿੱਚ ਆ ਕੁਝ ਕਰਦੇ ਆ ਦਿੱਲੀ ਪੁਲਿਸ ਦੇ ਵਿੱਚ ਅਖਤਿਆਰ ਹੈਗੇ ਉਹਨਾਂ ਦੇ ਕੋਲ ਕੇਂਦਰ ਸਰਕਾਰ ਦੇ ਅਧੀਨ ਆ ਜਾਂਚ ਪੜਤਾਲ ਕਰਕੇ ਸਾਹਮਣੇ ਲਿਆਵੇ ਅੱਛਾ ਇਹਦੇ ਤੇ ਬੋਲ ਪੈਂਦੇ ਆ ਭਾਜਪਾਲੇ ਸਦਕੇ ਜਾਈਏ ਬ੍ਰਿਜ ਭੂਸ਼ਣ ਵਾਲੇ ਮੁੱਦੇ ਤੇ ਨਹੀਂ ਅਜੇ ਤੱਕ ਬੋਲਦੇ ਜੀ ਕਿ ਕਿੱਡੇ ਵੱਡੇ ਇਲਜ਼ਾਮ ਲੱਗੇ ਆ ਕਿਉਂ ਨਹੀਂ ਉਸ ਮਾਮਲੇ 'ਚ ਕੁਝ ਕੀਤਾ ਜਾ ਰ ਹ ਤੇ ਸਦਕੇ ਇਸ ਗੱਲੋਂ ਵੀ ਜਾਣਿਆ ਇੱਕ ਬੀਬੀ ਆ ਇਹਨਾਂ ਦੀ ਪਹਿਲਾਂ ਜਿੱਦਕ ਕਿਤੇ ਕਿਸੇ ਹੋਰ ਪਾਰਟੀ ਵੱਲੋਂ ਕਿਸੇ ਔਰਤ ਨੂੰ ਲੈ ਕੇ ਕੁਝ ਕਿਹਾ ਜਾਂਦਾ ਸੀ ਤੇ ਉਹ ਰਾਸ਼ਨ ਪਾਣੀ ਲੈ ਕੇ ਚੜ ਜਾਂਦੀ ਉਹਨਾਂ ਦੇ ਉੱਤੇ ਔਰਤ ਦੀ ਇੱਜ਼ਤ ਔਰਤ ਦੀ ਲਾਜ ਉਹ ਹੋ ਗਿਆ ਜੋ ਹੋ ਗਿਆ ਉਹ ਕੁੜੀਆਂ ਬੈਠੀਆਂ ਰੀਆਂ ਤਿੰਨ ਦਿਨ ਧਰਨੇ ਤੇ ਬੀਬੀ ਨੇ ਮੂੰਹ ਨਹੀਂ ਖੋਲਿਆ ਕਿਉਂ ਨਹੀਂ ਖੋਲਿਆ ਕਿਉਂਕਿ ਉਹਨਾਂ ਦੀ ਪਾਰਟੀ ਦਾ ਐਮਪੀ ਹੈ ਜਿਹਦੇ ਉੱਤੇ ਇਲਜ਼ਾਮ ਲੱਗਦੇ ਪਏ ਜੀ ਕੁਲਦੀਪ ਸਿੰਘਰ ਵਾਲੇ ਮਾਮਲੇ 'ਚ ਇੱਕ ਸ਼ਬਦ ਨਹੀਂ ਬੋਲੀ ਉਹ ਹੂੰ ਤੇ ਜਦੋਂ ਆਪਣੇ ਘਰ ਵਾਲ ਨੂੰ ਚੀਜ਼ ਤੋਰੀ ਤੇ ਪ੍ਰੈਸ ਕਾਨਫਰੰਸ ਵੀ ਕਰ ਲਈ ਕਿ ਤੁਸੀਂ ਤਾਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਮੈਂ ਤਾਂ ਕੇਸ ਕਰਾਂਗੀ ਆ ਕਰਦਾਂਗੀ ਉਹ ਕਰਦਾਂਗੇ ਮਤਲਬ ਤੁਹਾਡਾ ਡਬਲ ਸਟੈਂਡਰਡ ਵੀ ਹੈ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਦੀ ਬਿਮਾਰੀ ਹੈਗੀ ਹੈ ਕਿ ਜਦੋਂ ਤਾਂ ਤੁਹਾਡੀ ਪਾਰਟੀ ਦਾ ਕੋਈ ਬੰਦਾ ਇਦਾਂ ਕਰਦਾ ਫਿਰ ਚੁੱਪ ਸਾਇਲੈਂਸ ਨਹੀਂ ਬੋਲਣਾ ਜਾਂਚ ਚ ਚੱਲਦੀ ਜੀ ਜਾਂਚ ਚ ਦੇਖਾਂਗੇ ਆ ਹੁੰਦਾ ਪਿਆ ਉਹ ਦੇਖਾਂਗੇ ਨਾ ਸੰਦੀਪ ਸਿੰਘ ਵਾਲੇ ਮਾਮਲੇ 'ਚ ਬੋਲੀ ਉਹ ਬੀਬੀ ਉੱਥੇ ਵੀ ਕਹਿੰਦੇ ਜੀ ਜਾਂਚ ਹੋਏਗੀ ਤਾਂ ਦੇਖਾਂਗੇ ਜਦੋਂ ਦੂਜੀ ਪਾਰਟੀ ਦਾ ਮਾਮਲਾ ਨਿਕਲ ਕੇ ਆਉਂਦਾ ਉਦੋਂ ਉੱਬਰ-ਉੱਬਰ ਕੇ ਬੋਲਦੇ ਆ ਇਹੀ ਆਲਾ ਆਮ ਆਦਮੀ ਪਾਰਟੀ ਦਾ ਜੇ ਭਾਜਪਾ ਦਾ ਕੁਝ ਨਿਕਲੇਗਾ ਤੇ ਇਹ ਦੱਬ ਕੇ ਬੋਲਣਗੇ ਜੇ ਇਹਨਾਂ ਦਾ ਬੰਦਾ ਕੋਈ ਇਸ ਤਰੀਕੇ ਨਾਲ ਹੁੰਦਾ ਫੇਰ ਕਹਣਗੇ ਨਹੀਂ ਇਹ ਨਹੀਂ ਆ ਇੱਥੇ ਪੰਜਾਬ ਚ ਵੀ ਹੋਇਆ ਨਾ ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀੋਂ ਸਰਕਾਰ ਚੱਲਦੀ ਐ ਭਗਵੰਤ ਮਾਨ ਕਹਿੰਦੇ ਤੁਸੀਂ ਤਾਂ ਗੱਲ ਕੋਈ ਨਾ ਨੈਤਿਕਤਾ ਦੇ ਆਧਾਰ ਤੇ ਤੁਹਾਨੂੰ ਹੱਕ ਹੀ ਨਹੀਂ ਆ ਤੁਸੀਂ ਤਾਂ ਮੁੱਖ ਮੰਤਰੀ ਬਦਲ ਦਿੱਤਾ ਸੀ ਤੁਸੀਂ ਤਾਂ ਆਹ ਕਰ ਦਿੱਤਾ ਆਪ ਭੁੱਲ ਜਾਂਦੇ ਕਿ ਸਾਡੇ ਇੱਥੇ ਸਿਸਟਮ ਕੀ ਚੱਲਦਾ ਹੂੰ ਕਿ ਕੌਣ ਕਿਹੜੀ ਕੋਠੀ 'ਚ ਬੈਠਦਾ ਤੇ ਕੌਣ ਕਿਦੇ ਕਰਪਸ਼ਨ ਵਾਲੇ ਮਾਮਲੇ 'ਚ ਸਮਝੌਤੇ ਕਰਾਉਂਦਾ ਤੇ ਕਿਹਦੇ ਹੁਕਮ ਚੱਲਦੇ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਇੱਥੇ ਲੋਕਾਂ ਦੇ ਵਿੱਚ ਆਮ ਪ੍ਰਚਲਿਤ ਹੈਗੀਆਂ ਦੱਸਣ ਪੁੱਛਣ ਦੀ ਲੋੜ ਨਹੀਂ ਸਾਰਿਆਂ ਦਾ ਇਹੀ ਹਾਲ ਹੈ ਕਿ ਦੂਜੇ ਦੇ ਦਾਗ ਇਹਨਾਂ ਨੂੰ ਹਮੇਸ਼ਾ ਜ਼ਿਆਦਾ ਗੂੜੇ ਨਜ਼ਰ ਆਉਂਦੇ ਆ ਤੇ ਆਪਣੇ ਦਾਗ ਕਹਿੰਦੇ ਕੁਝ ਦਾਗ ਅੱਛੇ ਹੁੰਦੇ ਹਨ ਜੀ ਜੀ ਬਿਲਕੁਲ ਤਾਂ ਦੇ ਨਾਲ ਹੀ ਗੱਲ ਆਪਾਂ ਰਾਮ ਰਹੀਮ ਦੀ ਵੀ ਕਰਾਂਗੇ ਪੈਰੋਲ ਉੱਤੇ ਬਾਹਰ ਆ ਰਹੇ ਨੇ ਔਰ ਉਸੇ ਨੂੰ ਲੈ ਕੇ ਮਾਮਲਾ ਪੱਖ ਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਅਨਸ਼ੁਲ ਛਤਰਪਤੀ ਵੱਲੋਂ ਸਵਾਲ ਚੁੱਕੇ ਗਏ ਨੇ ਉਹ ਕਹਿੰਦੇ ਨੇ ਇੱਕ ਤਾਂ ਰਾਮ ਰਹੀਮ ਆਪਣੇ ਪ੍ਰਭਾਵ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਦੂਸਰਾ ਹਰਿਆਣਾ ਸਰਕਾਰ ਝੁਕੀ ਹੋਈ ਨਜ਼ਰ ਆ ਰਹੀ ਹੈ ਰਾਮ ਰਹੀਮ ਦੇਗੇ ਕੋਈ ਸ਼ੱਕ ਨਹੀਂ ਆ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਬਹੁਤੇ ਦਿਨ ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਰਹਿਣ ਦਾ ਮੌਕਾ ਦੇ ਦਿੱਤਾ ਜਾਵੇ ਤਾਂ ਹੋਰ ਕੀ ਚਾਹੀਦਾ ਹੂੰ ਬਲਾਤਕਾਰ ਵਰਗੇ ਮਾਮਲਿਆਂ ਦੇ ਵਿੱਚ ਤੁਸੀਂ ਸਜ਼ਾ ਕੱਟ ਰਹੇ ਹੋਵੇ ਕਤਲ ਦੀ ਸਾਜ਼ਿਸ਼ ਦੇ ਮਾਮਲੇ ਦੇ ਵਿੱਚ ਤੁਹਾਨੂੰ ਸਜ਼ਾ ਹੋਈ ਹੋਵੇ ਤੁਸੀਂ ਉਹ ਸਜ਼ਾ ਕੱਟ ਰਹੇ ਹੋਵੋ ਤੇ ਮੌਜਾਂ ਲੱਗੀਆਂ ਹੁਣ ਜੀ ਕੀ ਕਰਨਾ ਹੁਣ ਕੀ ਕਹਿੰਦੇ ਜੀ 25 ਤਰੀਕ ਨੂੰ ਸ਼ਾਹ ਸਤਨਾਮ ਸਿੰਘ ਡੇਰੇ ਦੇ ਜਿਹੜੇ ਸੰਸਥਾਪਕਾਂ ਦੇ ਵਿੱਚੋਂ ਆ ਉਹਨਾਂ ਦਾ ਜਨਮ ਦਿਨ ਹੈ 25 ਤਰੀਕ ਨੂੰ ਇਸ ਕਰਕੇ ਪੈਰੋਲ ਚਾਹੀਦੀ ਇਹ ਕਾਰਨ ਦੱਸਿਆ ਨਾ ਜਨਮ ਦਿਨ ਕਿੰਨੇ ਦਿਨ ਰਹਿਣਾ 25 ਤਰੀਕ ਨੂੰ ਹੋਏਗਾ 26 ਤਰੀਕ ਨੂੰ ਸਮਾਪਨ ਹੋ ਜਾਏਗਾ 27 ਤਰੀਕ ਤੱਕ ਚੱਲ ਰਿਹਾਗਾ 28 ਤਰੀਕ ਤੱਕ ਚੱਲ ਰਿਹਾਗਾ ਮੰਨ ਲਓ ਜਨਵਰੀ ਚੱਲ ਗਿਆ 5 ਦਿਨ ਹੋਰ ਚੱਲ ਗਿਆ 40 ਦਿਨ ਦੀ ਪੈਰੋਲ ਕਾਦੀ ਹੈ ਹੂੰ ਬਾਕੀ ਦਿਨਾਂ ਦੀ ਕੇਸ ਆਧਾਰ ਤੇ ਪੈਰੋਲ ਦਿੱਤੀ ਗਈ ਹੈ ਇਹ ਤੱਕ ਪਤਾ ਲੱਗਦਾ ਨਾ ਕਿ ਹਰਿਆਣੇ ਦੀ ਸਰਕਾਰ ਬਹੁਤ ਮਿਹਰਬਾਨ ਹੈ ਜੀ ਔਰ ਹਰਿਆਣੇ ਦੀ ਸਰਕਾਰ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਸੀ ਇਹ ਕਿਹੜਾ ਕੋਈ ਹਾਰਡ ਕੋਰ ਕ੍ਰਿਮੀਨਲ ਹੈ ਹੂੰ ਬਲਾਤਕਾਰੀ ਇਹਨਾਂ ਨੂੰ ਹਾਰਡ ਕੋਰ ਕ੍ਰਿਮੀਨਲ ਨਹੀਂ ਲੱਗਦਾ ਜੀ ਕਤਲ ਕਹਿੰਦੇ ਕੀਤਾ ਨਹੀਂ ਆ ਸਾਜ਼ਿਸ਼ ਕੀਤੀ ਐ। ਹੂੰ। ਮਤਲਬ ਜਿਹਦੇ ਕਹਿਣ ਤੇ ਕਤਲ ਕੀਤਾ ਆ ਉਹ ਹਾਰਡ ਕੋਰ ਅਪਰਾਧੀ ਨਹੀਂ ਆ ਜਿੰਨੇ ਕੀਤਾ ਆ ਉਹ ਹਾਰਡ ਕੋਰ ਅਪਰਾਧੀ ਐ। ਜਿਹਦਾ ਕਰਕੇ ਕੀਤਾ ਗਿਆ। ਜੀ। ਜਿੰਨੇ ਕਰਵਾਇਆ ਆ ਉਹਨੂੰ ਹਾਰਡ ਕੋਰ ਅਪਰਾਧੀ ਨਹੀਂ ਮੰਨਦੇ। ਤੇ ਫੇਰ ਉਹ ਕਹਿੰਦੇ ਹੁੰਦੇ ਆ ਨਾ ਸਰਕਾਰਾਂ ਮਿਹਰਬਾਨ ਤੇ ਇਦੂ ਅਗਲੀ ਲਾਈਨ ਮੈਂ ਬੋਲਣੀ ਨਹੀਂ ਨੀ ਆ। ਸੋ ਇਸ ਕਰਕੇ ਸਰਕਾਰ ਮਿਹਰਬਾਨ ਐ। ਉਹਨਾਂ ਨੂੰ ਲੱਗਦਾ ਕਿ ਜੇ ਇਹਦਾ ਸਾਨੂੰ ਲਾਭ ਮਿਲਦਾ ਤੇ ਉਹ ਲਾਭ ਲੈਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨਗੇ ਪੈਰੋਕਾਰ ਰਾਮ ਰਹੀਮ ਦੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਨਹੀਂ ਮੰਨਦਾ ਉਹਨਾਂ ਦਾ ਕਸੂਰ ਕਿਉਂਕਿ ਲੋਕ ਜਿੱਥੇ ਆਪਣੀ ਲਿਬ ਜੋੜ ਲੈਂਦੇ ਆ ਗਲਤ ਐ ਠੀਕ ਐ ਉਹ ਸਾਰੀਆਂ ਚੀਜ਼ਾਂ ਤੋਂ ਪਰੇ ਹੋ ਜਾਂਦੀਆਂ ਧਰਮ ਦੇ ਵਿੱਚ ਤੇ ਜਿਹੜੀ ਤੁਹਾਡਾ ਵਿਸ਼ਵਾਸ ਆ ਉਹਦੇ ਵਿੱਚ ਇੱਕ ਪਰਦਾ ਹੁੰਦਾ ਹੈ ਜੇ ਤੱਕ ਤੁਸੀਂ ਉਹ ਪਰਦਾ ਚੱਕ ਲੈਨੇ ਆ ਤੇ ਤੁਹਾਡਾ ਵਿਸ਼ਵਾਸ ਡਗ ਮਗਾਉਂਦਾ ਆ ਜੇ ਪਰਦਾ ਨਹੀਂ ਚੱਕਦੇ ਤੇ ਭਾਵੇਂ ਪਰਦੇ ਦੇ ਪਿੱਛੇ ਜੋ ਮਰਜ਼ੀ ਹੋਈ ਜਾਵੇ ਜੀ ਤੁਹਾਡਾ ਵਿਸ਼ਵਾਸ ਨਹੀਂ ਡਗ ਮਗਾਉਂਦਾ ਇਸੇ ਕਰਕੇ ਲੋਕ ਅਜੇ ਵੀ ਉਸ ਡੇਰੇ ਦੇ ਵਿੱਚ ਜਾਂਦੇ ਹਮ ਉਹਨਾਂ ਦਾ ਵਿਸ਼ਵਾਸ ਬਣਿਆ ਹੋਇਆ ਉਹ ਪਰਦਾ ਉਹਨਾਂ ਦੇ ਲਈ ਬਰਕਰਾਰ ਹੈ ਉਹ ਨਹੀਂ ਮੰਨਦੇ ਕਿ ਕੀ ਕੀਤਾ ਤੇ ਕੀ ਨਹੀਂ ਕੀਤਾ ਕਿਉਂ ਜੇਲ੍ਹ ਦੇ ਵਿੱਚ ਭੇਜਿਆ ਗਿਆ ਇੰਨੀ ਦੇਰ ਰੱਖਿਆ ਗਿਆ ਕੀ ਕਾਰਨ ਸੀ ਉਹ ਸਾਧਮੀਆਂ ਦਾ ਕੀ ਹੋਇਆ ਕੀ ਉਹਨਾਂ ਨੇ ਜਾਣਬੁੱਝ ਕੇ ਕੀਤਾ ਜਾਂ ਉਹਨਾਂ ਦੇ ਨਾਲ ਸੱਚੀ ਵਿੱਚ ਚੀਜ਼ਾਂ ਹੋਈਆਂ ਕਤਲ ਹੋਇਆ ਕਿਉਂ ਹੋਇਆ ਕਿਉਂ ਕਰਵਾ ਕੋਈ ਲੈਣਾ ਦੇਣਾ ਨਹੀਂ ਉਹ ਤਰਕ ਨਾਲ ਕੋਈ ਨਹੀਂ ਗੱਲ ਕਰਨੀ ਉਹ ਕਹਿਣਗੇ ਸਾਡਾ ਵਿਸ਼ਵਾਸ ਹੈਗਾ ਅਸੀਂ ਇੱਥੇ ਆਣ ਉਹਨਾਂ ਦਾ ਕੋਈ ਕਸੂਰ ਨਹੀਂ ਆ ਪਰ ਜਿਸ ਤਰੀਕੇ ਨਾਲ ਬਾਬਾ ਇਸਤੇਮਾਲ ਕਰ ਰਿਹਾ ਆਪਣੇ ਨਾਲ ਲੋਕਾਂ ਦੇ ਜੁੜਾਵ ਨੂੰ ਤੇ ਜਿਸ ਤਰੀਕੇ ਨਾਲ ਸੱਤਾ ਧਿਰ ਬਾਬੇ ਨੂੰ ਇਸਤੇਮਾਲ ਕਰਨ ਦੇ ਚੱਕਰ ਦੇ ਵਿੱਚ ਹੈਗੀ ਹੈ ਇਹ ਚੀਜ਼ਾਂ ਦੱਸਦੀਆਂ ਪਈਆਂ ਨੇ ਕਿ ਸਾਡਾ ਸਿਸਟਮ ਜਿਹੜਾ ਆ ਜੇ ਅਸੀਂ ਇਹ ਤਵਕਕੋ ਰੱਖੀਏ ਨਾ ਕਿ ਜਿੱਦਾਂ ਦੇ ਫਰਾਡੀ ਇਹ ਬਹੁਤ ਇੱਥੇ ਬੜੀਆਂ ਚੀਜ਼ਾਂ ਚੱਲਦੀਆਂ ਕਿ ਉਹ ਫਲਾਨੇ ਨੇ ਫਰਾਡ ਕਰ ਲਿਆ ਠਮਕਾਨੇ ਉਹ ਬਾਬੇ ਨੇ ਕਿੰਨੇ ਬਾਬੇ ਆ ਜਿਨ੍ਹਾਂ ਦੇ ਉੱਤੇ ਰੇਪ ਕੇਸ ਚੱਲਦੇ ਪਿਆ ਜੀ ਕਿੰਨੇ ਬਾਬੇ ਮੁਲਕ ਛੱਡ ਕੇ ਜਾ ਚੁੱਕੇ ਆ ਕਿ ਉਹਨਾਂ ਦੇ ਉੱਤੇ ਕੇਸ ਹੋ ਗਏ ਸੀ ਆ ਇੱਕ ਬਾਬੇ ਦਾ ਹੋਰ ਚੱਲਦਾ ਪਿਆ ਰੌਲਾ ਗਿਆ ਨਿੱਕੂ ਵਾਲਾ ਬਾਬਾ ਉਹਨੂੰ ਕਹਿੰਦੇ ਆ ਮੇਰਾ ਨਾਮ ਭੁੱਲ ਗਿਆ ਉਹਦਾ ਨਿੱਕੂ ਵਾਲੇ ਬਾਬੇ ਨਾਲ ਪੰਜਾਬ ਚ ਮਸ਼ਹੂਰ ਆ ਉਹਦਾ ਚੱਲਦਾ ਕਿ ਉਹ ਚਮਤਕਾਰੀ ਦਰਬਾਰ ਲਾਉਂਦਾ ਆ ਜਿੱਥੇ ਦਰਬਾਰ ਲਾਉਣਾ ਸੀ ਉੱਥੇ ਦੇ ਇੱਕ ਬੰਦੇ ਨੇ ਚੈਲੰਜ ਕਰ ਲਾ ਕਿ ਮੈਂ 30 ਲੱਖ ਦਾ ਸ਼ੈਦ ਰੱਖਿਆ ਸੀ 30 ਲੱਖ ਰੁਪਈਆ ਤੈਨੂੰ ਦਊਂਗਾ ਜੇ ਤੂੰ ਮੇਰੇ ਬਾਰੇ ਸਾਰਾ ਕੁਝ ਦੱਸ ਦੇਵੇਂ ਕਿ ਤੈਨੂੰ ਪਤਾ ਹੁੰਦਾ ਤੂੰ ਕਹਿੰਨਾ ਵੀ ਮੈਨੂੰ ਪਤਾ ਹੁੰਦਾ ਜਿਹੜਾ ਵੀ ਮੇਰੇ ਆਉਂਦਾ ਵੀ ਇਹਦੇ ਅੱਗੇ ਪਿੱਛੇ ਕੌਣ ਆ ਕਿਦਾਂ ਤੇ ਫਿਰ ਮੈਂ ਦਰਬਾਰ ਲਾਉਂਦਾ ਉਹ ਦਰਬਾਰ ਹੀ ਨਹੀਂ ਲਾਇਆ ਉਹਨੇ ਉਹ ਵਾਲਾ ਮੁੜ ਕੇ ਸਫਾਈ ਇਹ ਦਿੱਤੀ ਕਿ ਮੈਂ ਤਾਂ ਕੋਈ ਹੋਰ ਪ੍ਰੋਗਰਾਮ ਸੀ ਇਹਦਾ ਕਰਕੇ ਉਹ ਦਿਨ ਘਟਾਤੇ ਸੀ ਸਮਾਗਮ ਦੇ ਮਤਲਬ ਹਕੀਕਤ ਲੋਕ ਜਿੰਨਾ ਕੁ ਜਾਣਦੇ ਨੇ ਉਹ ਜਿੰਨਾ ਕੋਦੇ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਆ ਫਿਰ ਜਦੋਂ ਇਦਾਂ ਦੀਆਂ ਮਿਹਰਬਾਨੀਆਂ ਹੁੰਦੀਆਂ ਫਿਰ ਕੁਝ ਲੋਕਾਂ ਨੂੰ ਵੀ ਲੱਗਣਾ ਪੈਂਦਾ ਕੁਝ ਨਾ ਕੁਝ ਗੱਲ ਤਾਂ ਬਾਬੇ ਚ ਹੋਏਗੀ ਹੂੰ ਜਿਹਦਾ ਕਰਕੇ ਆ ਸਾਰਾ ਕੁਝ ਹੋ ਰਿਹਾ ਹੋਰ ਕਿਸੇ ਨੂੰ ਤਾਂ ਇਦਾਂ ਪਰੋਲ ਮਿਲਦੀ ਨਹੀਂ ਬੰਦੀ ਸਿੰਘਾਂ ਨੂੰ ਤਾਂ ਦਿੰਦੇ ਨਹੀਂ ਪਰੋਲ ਜੀ ਉਹ ਤਾਂ ਰਾਜੋਆਣਾ ਨੇ ਪਰੋਲ ਮੰਗੀ ਸੀ ਤਾਂ ਉਹ ਮਿਲੀ ਵੀ ਕੁਝ ਘੰਟਿਆਂ ਦੀ ਸੀ ਕਿ ਪਿਤਾ ਦੇ ਜਿਹੜਾ ਭੋਗ ਸਮਾਗਮ ਦੇ ਵਿੱਚ ਜਾਣਾ ਸੀ ਅੰਤਿਮ ਅਰਦਾਸ ਮੌਕੇ ਬਸ ਓਨੀ ਕੁ ਪਰੋਲ ਮਿਲਣੀ ਕਹਿੰਦੇ ਇਸ ਤੋਂ ਵੱਧ ਨਹੀਂ ਦੇ ਸਕਦੇ ਹੂੰ ਇੱਥੇ ਬਾਬੇ ਨੂੰ ਕਹਿੰਦੇ ਇੱਕ ਦਿਨ ਦਾ ਜਨਮ ਦੇਣ ਪਰੋਲ ਤੈਨੂੰ ਮਿਲਣੀ 40 ਦਿਨਾਂ ਦੀ ਜੀ ਤੇ ਫਿਰ ਇਹ ਮਿਹਰਬਾਨੀ ਨਹੀਂ ਹੋਈ ਤਾਂ ਹੋਰ ਕੀ ਆ ਤੇ ਫਿਰ ਅਨਸ਼ੁਲ ਛੱਤਰਪਤੀ रामचंद्र ਛੱਤਰਪਤੀ ਦਾ ਮੁੰਡਾ ਹੂੰ रामचंद्र ਛੱਤਰਪਤੀ ਕੌਣ ਸੀਗਾ रामचंद्र ਛੱਤਰਪਤੀ ਅਖਬਾਰ ਕੱਢਦਾ ਉੱਥੇ ਉਹਨੇ ਛਾਪੀਆਂ ਸੀ ਉਹ ਚਿੱਠੀਆਂ ਜਿਹੜੀਆਂ ਸਾਧਵੀਆਂ ਨੇ ਲਿਖੀਆਂ ਸੀ ਆਪਣੇ ਨਾਲ ਹੋਏ ਸ਼ੋਸ਼ਣ ਦੀਆਂ ਜੀ ਉਹਨੇ ਖੁਲਾਸੇ ਕੀਤੇ ਸੀ ਫਿਰ ਉਹਦਾ ਕਤਲ ਕਰਵਾ ਦਿੱਤਾ ਗਿਆ ਸੀ ਉਹਦੇ ਕਤਲ ਕੇਸ ਦੇ ਵਿੱਚ ਹੀ ਸਜ਼ਾ ਭੁਗਤ ਰਿਆ ਆ ਰਾਮ ਰਹੀਂ ਹੂੰ ਉਹਦੀ ਸਾਜ਼ਿਸ਼ ਕੜਨੇ ਮਾਮਲੇ 'ਚ ਤੇ ਅਨਸ਼ੁਲ ਛੱਤਰਪਤੀ ਦਾ ਇਹ ਖਦਸ਼ਾ ਕਿ ਭਾਈ ਪ੍ਰਭਾਵਸ਼ੀ ਲਿਆ ਬੰਦਾ ਪ੍ਰਭਾਵਿਤ ਕਰੇਗਾ ਕਿਉਂ ਨਹੀਂ ਮੰਨਾਂਗੇ ਕਿ ਭਾਈ ਉਹ ਗਵਾਹ ਜਿਹੜੇ ਨੇ ਇਸ ਮਾਮਲੇ ਦੇ ਜਿਹੜੇ ਇਸ ਮਾਮਲੇ ਦੇ ਵਿੱਚ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਥ੍ਰੈਟ ਨਹੀਂ ਕਰੇਗਾ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਇੱਥੇ ਤਾਂ ਉਂਜੀ ਲੋਕਾਂ ਨੂੰ ਥ੍ਰੈਟ ਮਾੜਾ ਮੋਟਾ ਬੰਦਾ ਨਹੀਂ ਪਿੱਛੇ ਹਟਦਾ ਤੜੀ ਲਾਉਣ ਤੋਂ ਤੇ ਜਿਹਦੇ ਕੋਲ ਇੰਨਾ ਪ੍ਰਭਾਵ ਸੱਤਾ ਤੱਕ ਉਹਦੀ ਪਹੁੰਚ ਬਣੀ ਹੋਈ ਹੈ ਉਹ ਕਿੱਦਾਂ ਨਹੀਂ ਕੁਝ ਕਰ ਸਕਦਾ ਜੀ ਖਦਸ਼ਾ ਜਾਇਜ਼ ਆ ਤੇ ਮੈਨੂੰ ਲੱਗਦਾ ਕਿ ਲਾਜ਼ਮੀ ਤੌਰ ਤੇ ਇਹ ਤਰ੍ਹਾਂ ਜਿਹੜੀਆਂ ਨੇ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣ ਗਿਆ ਪਿਛਲੀ ਵਾਰ ਵੀ ਖੜਕਾਇਆ ਸੀਗਾ ਇਸ ਵਾਰ ਵੀ ਖੜਕਾ ਸਕਦੇ ਆ ਜੀ ਬਿਲਕੁਲ ਤਾਂ तमाम ਮੁੱਦੇ ਉੱਤੇ ਚਰਚਾ ਅੱਗੇ ਵੀ ਜਾਰੀ ਰੱਖਾਂਗੇ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਤੁਹਾਡਾ ਸਵਾਗਤ ਹੈ ਅੱਜ ਜਸਵੀਰ ਜੀ ਗੱਲ ਕਰਾਂਗੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਹਰਪਾਲ ਚੀਮਾ ਮੈਨੂੰ ਪਹਿਲੀ ਵਾਰ ਐਕਟਿਵ ਨਜ਼ਰ ਆਏ ਨੇ ਸ਼ਾਇਦ ਇਸ ਤੋਂ ਪਹਿਲਾਂ ਹੋਏ ਹੋਣਗੇ ਮੇਰੇ ਧਿਆਨ 'ਚ ਨਹੀਂ ਹੋਵੇਗਾ ਔਰ ਹਰਪਾਲ ਚੀਮਾ ਅੱਜ ਸੜਕਾ ਉੱਤੇ ਨਜ਼ਰ ਆਏ ਹਾਈਵੇ ਉੱਤੇ ਖੜੇ ਸੀ ਅਫਸਰਾਂ ਨੂੰ ਨਾਲ ਲੈ ਕੇ ਚੈਕਿੰਗ ਬਕਾਇਦਾ ਕਰ ਰਹੇ ਸੀ ਪੇਪਰ ਚੈੱਕ ਕੀਤੇ ਜਾ ਰਹੇ ਸੀ ਗੱਡੀਆਂ ਵੀ ਰੋਕੀਆਂ ਗਈਆਂ ਟਰੱਕ ਵੀ ਰੁਕੇ ਗਏ 16 ਟਰੱਕਾਂ ਦੇ ਚਲਾਨ ਵੀ ਕੱਟ ਦਿੱਤੇ 10 ਲੱਖ ਦੇ ਚਲਾਨ ਕੱਟੇ ਕਹਿੰਦੇ ਟੈਕਸ ਨਹੀਂ ਭਰੇ ਜਾ ਰਹੇ ਸੀ ਉਸ ਨੂੰ ਲੈ ਕੇ ਕਹਿੰਦੇ ਇਦਾਂ ਦੀ ਸੱਤੀ ਹੁਣ ਰੋਜ਼ ਦੇ ਅਟ੍ਰਕਾਂ ਨੇ ਤਾਂ ਇੱਦਾਂ ਲੱਗਦਾ ਹੋਣਾ ਕਿ ਨਵਾਂ ਆਟਿਓ ਆ ਗਿਆ। ਹੂੰ। ਨਵਾਂ ਅਫਸਰਾ ਆਇਆ ਕਹਿੰਦੇ ਨੇ ਬੜਾ ਸਖਤ ਹੈ ਪਿੱਛੋਂ ਪੁੱਛਦੇ ਵੀ ਹੋਣਗੇ ਵੀ ਲੈਣ ਦੇਣ ਵੀ ਹੋ ਸਕਦਾ ਇਹਦੇ ਨਾਲ। ਹੂੰ। ਜਿਹੜੇ ਪਹਿਲਾਂ ਲੈਣ ਦੇਣ ਕਰਦੇ ਰਏ ਹੋਣਗੇ। ਜੀ। ਤੇ ਜੇ ਚੀਮੇ ਨੂੰ ਨਹੀਂ ਪਛਾਣਦੇ ਹੋਣਗੇ ਫਾਈਲ 'ਚ ਕਿਤੇ ਨੋਟ ਨਹੀਂ ਰੱਖ ਕੇ ਫੜਾਤੇ ਉਹਨਾਂ ਨੂੰ। ਹੂੰ। ਕਿ ਇੰਨੇ 'ਚ ਸਾਰ ਲਓ ਜੀ ਪਿਛਲੇ ਅਫਸਰ ਤਾਂ ਇੰਨੇ 'ਚ ਸਾਰ ਲੈਂਦੇ ਸੀਗੇ। ਜੀ। ਚੰਗੀ ਗੱਲ ਐ ਐਕਟਿਵ ਹੋਣਾ ਲੋੜਿੰਦਾ ਆ ਪਰ ਆਪ ਐਕਟਿਵ ਹੋਣ ਦੇ ਨਾਲ ਜੇ ਆਪਣੇ ਅਫਸਰਾਂ ਨੂੰ ਆਪਣੇ ਸਿਸਟਮ ਨੂੰ ਐਕਟਿਵ ਕਰੋਗੇ ਤੇ ਕਿਤੇ ਜ਼ਿਆਦਾ ਬਿਹਤਰ ਹੋਏਗਾ। ਜੀ। ਕਿੰਨੇ ਕ ਨਾਕੇ ਲਾਉਣਗੇ ਹਰਪਾਲ ਜੀ ਮਾਹੋਰੀ ਕਿੱਥੇ ਕਿੱਥੇ ਜਾ ਕੇ ਖੜਨਗੇ ਅੱਜ ਜਿਹੜਾ ਆ ਉਹ ਨੈਸ਼ਨਲ ਹਾਈਵੇ ਤੇ ਖੜੇ ਹੋਏ ਆ ਟਰੱਕਾਂ ਨੂੰ ਰੋਕਿਆ ਉਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਜਿਨ੍ਹਾਂ ਨੇ ਟੈਕਸ ਨਹੀਂ ਤਾਰਿਆ ਸੀਗਾ ਉਹਨਾਂ ਦੇ ਚਲਾਨ ਕਟਵਾਏ ਜੁਰਮਾਨੇ ਕਰਵਾਏ ਉਹਨਾਂ ਨੂੰ ਪਰ ਇੱਕ ਦਿਨ ਦੀ ਗਤੀਵਿਧੀ ਜਾਂ ਰੋਜ਼ ਦੀ ਗਤੀਵਿਧੀ ਹੋਏਗੀ ਜੇ ਰੋਜ਼ ਦੀ ਗਤੀਵਿਧੀ ਇਹਦੇ ਵਿੱਚ ਹੋਏਗੀ ਚੀਮਾ ਸਾਹਿਬ ਤੁਹਾਡੇ ਲਈ ਆ ਕੰਮ ਦੇ ਦੇ ਰਹੇ ਆ ਪਤਾ ਦਿਨ ਕਿਹੜੇ ਚੱਲਦੇ ਕਿੰਨੀ ਤਰੀਕ ਹੋ ਗਈ ਅੱਜ 21 ਤਰੀਕ ਹੋ ਗਈ ਸੀ 21 ਤਰੀਕ ਹੋ ਗਈ ਹੈ ਫਰਵਰੀ ਦੇ ਵਿੱਚ ਬਜਟ اجلاس ਹੋਣਾ ਹੂੰ 9 ਦਿਨ ਰਹਿ ਗਏ ਇਹਦੇ ਇਸ ਮਹੀਨੇ ਦੇ ਤੇ ਵਿੱਤ ਮੰਤਰੀ ਸਾਹਿਬ ਨੂੰ ਬਜਟ ਦੀਆਂ ਤਿਆਰੀਆਂ ਕਰਦੀਆਂ ਚਾਹੀਦੀਆਂ ਜੀ ਜਾਂ ਵਿੱਤ ਮੰਤਰੀ ਸਾਹਿਬ ਵਾਲਾ ਜਿੱਦਾਂ ਪਹਿਲਾਂ ਫੰਡੇ ਹੁੰਦੇ ਆ ਕਿ ਉਹ ਬਜਟ ਦਾ 엘ੀਟ ਗਰੁੱਪ ਬਣਾਉਂਦਾ ਆ ਕੀ ਕਰਨਾ ਤੇ ਕੀ ਨਹੀਂ ਕਰਨਾ ਵਿੱਤ ਮੰਤਰੀ ਸਾਹਿਬ ਨੇ ਤਾਂ ਉਹ ਚਿੱਠੀ ਪੜ ਨਹੀਂ ਹੁੰਦੀ ਇੱਕ ਤਰੀਕੇ ਨਾਲ ਖੋਲ ਕੇ ਕੇ ਆ ਰੱਖਦਾ ਆ ਰੱਖਦਾ ਆ ਰੱਖਦਾ ਹੂੰ ਤੇ ਉਹ ਚੀਜ਼ਾਂ ਕਰਨੀਆਂ ਹੁੰਦੀਆਂ ਜਾਂ ਇਹ ਇਹ ਵਾਲਾ ਕੰਮ ਹੈਗਾ ਤੇ ਬਜਟ ਵੱਲ ਵੀ ਧਿਆਨ ਦੇਣ ਦੀ ਲੋੜ ਹੈਗੀ ਠੀਕ ਹੈ ਛਾਪੇ ਮਾਰੀਆਂ ਕਰਦੇ ਪਏ ਜਾਂ ਮੈਨੂੰ ਲੱਗਦਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਹੋਰਾਂ ਨੂੰ ਵੀ ਲੱਗਣ ਲੱਗ ਪਏ ਕਿ ਯਾਰ ਜਿਹੜੇ ਛਾਪੇ ਛੁੱਪੇ ਮਾਰਦੇ ਆ ਉਹਨਾਂ ਦੀ ਬੜੀ ਚਰਚਾ ਹੁੰਦੀ ਮੀਡੀਆ 'ਚ ਜੀ ਹਰਪਜਨ ਸਿੰਘ ਈਟੀਓ ਵੀ ਇਹਨਾਂ ਦਿਨੀ ਛਾਪੇ ਮਾਰਨ 'ਚ ਲੱਗੇ ਹੋਏ ਕਈ ਕਿਤੇ ਚਲ ਜਾਂਦੇ ਕਦੀ ਕਿਤੇ ਚਲ ਜਾਂਦੇ ਨੇ ਇਹਦੇ ਤੋਂ ਇਲਾਵਾ ਕਈ ਹੋਰ ਇਦਾਂ ਦੇ ਮੰਤਰੀ ਹੈਗੇ ਜਿਹੜੇ ਛਾਪਿਆਂ ਦੇ ਵਿੱਚ ਭਗਵੰਤ ਮਾਨ ਹੋਰੀ ਵੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਥਾਵਾਂ ਤੇ ਜਾ ਰਹੇ ਨੇ ਹੂੰ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਕਰ ਰਹੀਆਂ ਨੇ ਉਹਨਾਂ ਨੂੰ ਵੀ ਲੱਗਦਾ ਕਿ ਆਹ ਚੀਜ਼ ਮੀਡੀਆ ਦੇ ਵਿੱਚ ਆਉਣ ਲਈ ਵੀ ਬਿਹਤਰ ਆ ਤੇ ਇਹਦੇ ਨਾਲ ਅਸੀਂ ਕੰਮ ਕਰਦੇ ਵੀ ਨਜ਼ਰ ਆਉਂਦੇ ਆ ਹਰਪਾਲ ਚੀਮਾ ਉਹਨਾਂ ਨੂੰ ਫਾਈਨਾਂਸ ਦੇ ਮਾਮਲੇ 'ਚ ਕੰਮ ਬਿਹਤਰ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਉਹ ਇਹ ਵੀ ਦਾਵਾ ਕਰ ਸਕਦੇ ਵੀ ਭਾਈ ਫਾਈਨਾਂਸ ਦਾ ਕੰਮ ਦੇਖੋ 10 ਲੱਖ ਰੁਪਏ ਦਾ ਜੁਰਮਾਨਾ ਲਾਤਾ ਜੀ ਸਰਕਾਰੀ ਖਜ਼ਾਨੇ 'ਚ ਆ ਗਿਆ 10 ਲੱਖ ਰੁਪਇਆ ਪਰ 10 ਲੱਖ ਨਾ ਗੱਲ ਨਹੀਂ ਬਣਨੀ ਲੱਖਾਂ ਕਰੋੜ ਦੀ ਲੋੜ ਹੈ ਜੀ ਘੱਟੋ-ਘੱਟ 50 ਹਜ਼ਾਰ ਕਰੋੜ ਦਾ ਦਾਵਾ ਕੀਤਾ ਸੀ ਕਿ ਪੋਟਿਆਂ ਦੇ ਉੱਤੇ ਆ ਆਉਂਦੇ ਹੀ ਸਾਡੇ ਖਾਤੇ 'ਚ ਆ ਜਾਣਾ ਹੈ ਇਧਰੋਂ ਲਿਆਵਾਂਗੇ ਮਾਈਨਿੰਗ ਦੇ ਵਿੱਚੋਂ ਉਧਰੋਂ ਲਿਆਵਾਂਗੇ ਸ਼ਰਾਬ ਦੇ ਵਿੱਚੋਂ ਉਧਰੋਂ ਕ腐ਸ਼ਨ ਖਤਮ ਕਰਾਂਗੇ ਤੇ ਸਾਰੀਆਂ ਚੀਜ਼ਾਂ ਲਿਆਵਾਂਗੇ ਉਹ ਚੀਜ਼ਾਂ ਥੋੜੀਆਂ ਜਿਹਾ ਬਿਹਤਰ ਕਰਨ ਦੀ ਲੋੜ ਹੈ ਬਾਕੀ ਚੰਗੀ ਗੱਲ ਹੈ ਕੁਝ ਕਰਦੇ ਨਜ਼ਰ ਆਉਣੇ ਚਾਹੀਦੇ ਆ ਜੀ ਔਰ ਉਹ ਕਿਉਂ ਕਰਦੇ ਨਜ਼ਰ ਆਉਣੇ ਚਾਹੀਦੇ ਆ ਇਹ ਆਪਾਂ ਵੀ ਜਾਣਦੇ ਆ ਕਿ ਜਿਸ ਤਰੀਕੇ ਨਾਲ ਫਜ਼ੀਹਤ ਪਹਿਲੇ ਸਾਲ ਦੇ ਵਿੱਚ ਹੀ ਸਰਕਾਰ ਦੀ ਹੋਣੀ ਸ਼ੁਰੂ ਹੋ ਗਈ ਕਿ ਕਰਦੀ ਕੱਖ ਨਹੀਂ ਸਰਕਾਰ ਚੋਣਾਂ 'ਚ ਜ਼ਿਆਦਾ ਮਸਰੂਫ ਰਹਿੰਦੀ ਆ ਹੁਣ ਉਸ ਘੇਰੇ ਨੂੰ ਤੋੜ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਵੰਤ ਮਾਨ ਦੇ ਵੱਲੋਂ ਵੀ ਉਹਨਾਂ ਦੇ ਮੰਤਰੀ ਮੰਡਲ ਦੇ ਵੱਲੋਂ ਵੀ ਜੀ ਉਹੀ ਘੇਰਾ ਤੋੜਦੇ ਜਲੰਧਰ ਦੇ ਐਮ ਐਲ ਏ ਵੀ ਨਜ਼ਰ ਆਉਂਦੇ ਆ ਕਿ ਲਤੀਫਪੁਰੇ ਦੇ ਵਿੱਚ ਪਹਿਲਾਂ ਉਧਰ ਨੂੰ ਮੂੰਹ ਕਰਨ ਦੀ ਹਿੰਮਤ ਨਹੀਂ ਪੈਂਦੀ ਸੀ ਹੁਣ ਕੌੜਾ ਘੁੱਟ ਭਰ ਕੇ ਉੱਥੇ ਜਾਣਾ ਪੈਂਦਾ ਉਹਨਾਂ ਲੋਕਾਂ ਨੂੰ ਮਿਲਣਾ ਪੈਂਦਾ ਪਹਿਲਾਂ ਜ਼ੀਰਾ ਸ਼ਰਾਬ ਫੈਕਟਰੀ ਵਾਲਿਆਂ ਨੂੰ ਕਹਿੰਦੇ ਸੀ ਇਹ ਇਲੋਜੀਕਲ ਆ ਤੇ ਗੈਰ ਵਿਗਿਆਨਕ ਧਰਨਾ ਲੱਗਾ ਹੁਣ ਉਹੀ ਜ਼ੀਰਾ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਵੀ ਕਰਨਾ ਪੈਂਦਾ ਜੀ ਤੇ ਫਿਰ ਉਹ ਚੀਜ਼ਾਂ ਸੰਕੇਤ ਦਿੰਦੀਆਂ ਨੇ ਜਲੰਧਰ ਦੀ ਜ਼ਿਮਨੀ ਚੋਣ ਸ਼ਹਿਰਾਂ ਦੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ ਚੋਣਾਂ ਅੱਗੇ 24 ਵੀ ਨੇਪਿਆ ਤੇ ਜੇ ਨੌ ਸੂਬੇ ਜਿਹੜੇ ਇਸੇ ਸਾਲ ਦੇ ਵਿੱਚ ਚੋਣ ਚੋਣ ਹੋਣੀਆਂ ਜੇ ਉਹਨਾਂ ਨੌ ਸੂਬਿਆਂ ਚੋਂ ਵੀ ਕਿਸੇ ਜਗ੍ਹਾ ਤੇ ਪੈਰ ਧਰਨਾ ਆ ਤੇ ਪੰਜਾਬ ਦੇ ਵਿੱਚ ਕੁਝ ਕੰਮ ਕਰਕੇ ਦਿਖਾਉਣੇ ਪੈਣੇ ਆ ਚੰਗੀ ਗੱਲ ਆ ਫੇਰ ਵੀ ਆਪਾਂ ਕਹਿੰਦੇ ਆ ਕਿ ਠੀਕ ਆ ਚੀਮਾ ਸਾਹਿਬ ਸੜਕ ਤੇ ਆਣ ਕੇ ਜੇ ਕੁਝ ਕਰਦੇ ਪਿਓ ਜੇ ਖੱਟੀ ਕਰ ਲਈ ਅੱਜ ਦੀ 10 ਲੱਖ ਦੀ ਤੇ ਠੀਕ ਆ 10 10 ਲੱਖ ਕਰਕੇ ਸਹੀਂ ਫਿਰ ਨਾਕਾ ਰੋਜ਼ ਲਾਓ ਹੋ ਸਕਦਾ ਭੜਕੇ 20 ਹੋਵੇ ਪਰਸੋਂ ਨੂੰ 30 ਹੋਵੇ ਤੇ ਇਸ ਤਰੀਕੇ ਨਾਲ ਘਟੋ-ਕਟ ਕੁਝ ਤੱਕ ਖਜ਼ਾਨੇ ਦੇ ਵਿੱਚ ਆਊਗਾ ਪਰ ਇਹਦੇ ਨਾਲੋਂ ਬਿਹਤਰ ਕਿਤੇ ਇਹ ਚੰਗੀ ਗੱਲ ਹੈ ਜਿਨ੍ਹਾਂ ਦੀ ਇਹ ਡਿਊਟੀ ਬਣਦੀ ਆ ਨਾਕਾ ਲਾ ਕੇ ਜੀ ਬਿੱਲ ਚੈੱਕ ਕਰਨੇ ਤੇ ਜੁਰਮਾਨੇ ਲਾਉਣੇ ਉਹਨਾਂ ਅਫਸਰਾਂ ਨੂੰ ਥੋੜਾ ਜਿਹਾ ਸੁਧਾਰ ਲਓ ਤੁਹਾਨੂੰ ਆਪ ਸੜਕਾਂ ਤੇ ਉਤਰਨ ਦੀ ਲੋੜ ਹੀ ਨਹੀਂ ਪੈਣੀ ਕੁਰਸੀ ਤੇ ਬੈਠਿਆਂ ਕੋਲੋਂ ਇਹ ਸਾਰਾ ਕੁਝ ਆਈ ਜਾਣਾ ਜੀ ਬਿਲਕੁਲ ਤਾਂ तमाम मुद्द्याओं ਉੱਤੇ ਵਿਸਥਾਰਪੂਰਵਕ ਚਰਚਾ ਲਈ ਬਹੁਤ-ਬਹੁਤ ਸ਼ੁਕਰੀਆ ਜਸਵੀਰ ਜੀ। ਸ਼ੁਕਰੀਆ ਦੀਪਿਕਾ। ਨਿਊਜ਼ਰੂਮ ਲਾਈਵ ਦੇਖ ਰਹੇ ਦਰਸ਼ਕਾਂ ਦਾ ਵੀ ਧੰਨਵਾਦ। ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ।